ਸਰੋਤਿਆਂ ਨੂੰ ਜਗਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਸਾਥੀਓ, ਗੱਲ ਕਰਾਂਗੇ ਅੱਜ ਸ਼ਹੀਦੇ ਭਗਤ ਸਿੰਘ ਜੀ ਦੀ, ਗੱਲ ਕਰਾਂਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਖਟਖੜ ਕਲਾਂ, ਖਟਖੜ ਕਲਾਂ ਦੇ ਉੱਪਰ ਅੱਜ ਭੈਣਾਂ ਨੇ ਸਾਂਝੀ ਸੱਥ ਜਿਹੜੀ ਹੈਗੀ ਆ, ਅੰਤਰਰਾਸ਼ਟਰੀ 53 ਬੀਬੀਆਂ ਦੀ ਸੱਥ ਜਿਹੜੀ ਹੈਗੀ ਆ, ਵਿਸ਼ੇਸ਼ ਤੌਰ 'ਤੇ ਇੱਥੇ ਕਵਿਤਾਵਾਂ ਦੇ ਰੂਪ ਦੇ ਵਿੱਚ ਬਹੁਤ ਵੱਡੇ ਮੈਸੇਜ ਜਿਹੜੇ ਦਿੱਤੇ ਗਏ ਹੈਗੇ, ਸਿੱਧੀਆਂ ਮੁਲਾਕਾਤਾਂ ਕਰਵਾਉਣ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇੱਕ ਮੰਚ ਦੇ ਉੱਪਰ ਇਹਨਾਂ ਭੈਣਾਂ ਨੂੰ, ਇਹਨਾਂ ਬੀਬੀਆਂ ਨੂੰ ਇਕੱਠੇ ਕਰਨਾ ਔਰ ਇੱਕ ਸਹੀ ਮੈਸੇਜ ਵੀ ਕਨਵੇ ਕਰਨਾ? ਅਸਲ ਦੇ ਵਿੱਚ ਇਹ ਰਵਨਜੋਤ ਰਾਵੀ ਦਾ ਪ੍ਰੋਗਰਾਮ ਆ ਜੀ, ਜਿਹੜਾ ਇਹਨੇ ਬਹੁਤ ਹੀ ਵਧੀਆ ਟਾਈਮ 'ਤੇ ਔਰ ਬਹੁਤ ਹੀ ਸੱਜੇ ਢੰਗ ਨਾਲ ਉਲੀਕਿਆ। ਸਾਨੂੰ ਫਖਰ ਹੈ ਇਹਦੇ ਉੱਤੇ ਜੀ। ਅਸਲ ਦੇ ਵਿੱਚ ਇਹ ਲੇਡੀਜ਼ ਲਈ ਬਹੁਤ ਮਹੱਤਵਪੂਰਨ ਹੁੰਦਾ ਕਿ ਉਹ ਕਦੇ ਇਕੱਠੀਆਂ ਹੋਣ ਜੀ। ਮੌਕਾ ਕਦੇ ਕਦੇ ਮਿਲਦਾ ਅਤੇ ਇਹ ਉੱਦਮ ਰਾਵੀ ਨੇ ਕੀਤਾ। ਅਸੀਂ ਰਾਵੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਤੁਹਾਡੇ ਚੈਨਲ ਦੇ ਵੀ ਬਹੁਤ ਬਹੁਤ ਧੰਨਵਾਦ। ਪਹਿਲਾਂ ਕਰਨਾ ਚਾਹੀਦਾ ਸੀ, ਹੁਣ ਮੈਂ ਹੁਣ ਕਰ ਦਿੰਦੀ ਹਾਂ ਕਿ ਤੁਸੀਂ ਇਸ ਦੀ ਕਵਰੇਜ ਕੀਤੀ ਆ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਇੱਕ ਸੈਕਿੰਡ, ਉਹਨੇ ਵੀਡੀਓ 'ਚ ਜਾਂਦਾ ਤੁਹਾਡਾ ਹੀ, ਫਿਰ ਉਹ ਵੀ ਜਾਂਦਾ। ਦੋ ਮਿੰਟ ਰੱਖੋ, ਦੋ ਮਿੰਟ ਬਸ, ਦੋ ਮਿੰਟ ਹੀ। ਕਿਉਂਕਿ ਦੇਖੋ ਕਵਿਤਾ ਵੀ ਹੈਗੀਆਂ ਆ, ਇਹ ਸਾਂਝੀ ਸੱਥ ਜਿਹੜੀ ਹੈਗੀ ਆ ਭੈਣਾਂ ਦੇ ਵੱਲੋਂ, ਕਿਉਂਕਿ ਮੈਸੇਜ ਬਹੁਤ ਵਧੀਆ। ਜਿਹੜੀ ਪੀੜ੍ਹੀ ਸਾਡੀ ਹੈਗੀ ਆ ਅੱਜ ਕਿਤੇ ਨਾ ਕਿਤੇ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈਗੀ ਆ, ਸਾਡਾ ਵਿਰਸਾ ਵੀ ਦੂਰ ਹੁੰਦਾ ਜਾ ਰਿਹਾ। ਵਿਰਸੇ ਨੂੰ ਸੰਭਾਲਣਾ, ਕਵਿਤਾਂ ਦੇ ਰੂਪ ਦੇ ਵਿੱਚ ਪਰੋਣਾ ਬਹੁਤ ਮਿਹਨਤ ਆਉਂਦੀ ਹੋਵੇਗੀ ਜੀ। ਅਸਲ ਦੇ ਵਿੱਚ ਜਦੋਂ ਵੀ ਕਿਸੇ ਰਾਈਟਰ ਦੇ, ਕਿਸੇ ਕਵੀ ਦੇ ਅੰਦਰ ਭਾਵਨਾਵਾਂ ਪੈਦਾ ਹੁੰਦੀਆਂ ਅਤੇ ਉਹਨਾਂ ਭਾਵਨਾਵਾਂ ਨੂੰ ਜਦੋਂ ਉਹ ਸ਼ਬਦਾਂ ਦਾ ਰੂਪ ਦਿੰਦਾ, ਉਸ ਦੇ ਵਿੱਚ ਜਾਨ ਪੈ ਜਾਂਦੀ ਅਤੇ ਜਿਹੜੀ ਵੀ ਰਚਨਾ ਭਾਵਨਾਵਾਂ ਤੋਂ ਉਪਜਦੀ ਆ, ਉਸ ਰਚਨਾ ਦਾ ਸਾਡੇ ਸਮਾਜ ਨਾਲ ਬਹੁਤ ਗੂੜਾ ਸੰਬੰਧ ਹੁੰਦਾ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਵੀ ਹੁੰਦੀ ਆ। ਇਸ ਦੇ ਨਾਲ ਹੀ ਇੱਕ ਪਾਸੇ ਤਾਂ ਜਿਹੜਾ ਕਵੀ ਆ ਜਾਂ ਲੇਖਕ ਆ ਉਹ ਹਲਕਾ ਹੋ ਜਾਂਦਾ, ਕਿਉਂਕਿ ਉਸ ਦੇ ਅੰਦਰ ਉਦੋਂ ਹੀ ਅਵਾਲ ਉੱਠਦੇ ਆ ਜਦੋਂ ਉਸ ਨੂੰ ਪਰਿਸਥਿਤੀਆਂ ਉਸਦੇ ਹਾਲਾਤਾਂ ਦੇ ਨਾਲ ਉਹ ਦੇਖਦਾ ਕਿ ਮੈਨੂੰ ਟੱਕਰ ਲੈਣੀ ਪੈ, ਹਾਲਾਤ ਉਸਦੇ ਸਾਡੇ ਜੀਵਨ ਦੇ ਅਨੁਕੂਲ ਨਹੀਂ ਹੁੰਦੇ ਜਾਂ ਇੰਨੇ ਅਨੁਕੂਲ ਹੁੰਦੇ ਆ ਕਿ ਸਾਡੇ ਤੋਂ ਖੁਸ਼ੀ ਨਹੀਂ ਸਾਂਭੀ ਜਾਂਦੀ ਅਤੇ ਉਹ ਭਾਵਨਾਵਾਂ ਦੇ ਬਹਿਣ ਵਿੱਚ ਵਹਿ ਤੁਰਦਾ। ਜਿਹੜੀਆਂ ਭੈਣਾਂ ਘਰ ਬੈਠੀਆਂ, ਹਾਂਜੀ, ਸਾਡੇ ਦੇ ਸੇਵਕ ਦੇ ਨਾਲ, ਸਾਡੇ ਬੇਬਾਂ ਦੇ ਨਾਲ, ਸਾਡੇ NSR ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਜੀ, ਜੁੜੇ ਹੋਏ ਸਰੋਤੇ ਆ, ਉਹਨਾਂ ਭੈਣਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਉਹਨਾਂ ਭੈਣਾਂ ਨੂੰ ਇਹੀ ਮੈਸੇਜ ਦੇਵਾਂਗੇ ਕਿ ਸਾਡੇ ਸਮਾਜ ਵਿੱਚ ਇਸ ਵੇਲੇ ਇੱਦਾਂ ਦੇ ਹਾਲਾਤ ਹੋ ਗਏ ਆ, ਬਹੁਤ ਸਾਰੀਆਂ ਸਮੱਸਿਆਵਾਂ ਹਾਲੇ ਵੀ ਸਾਡੇ ਲਈ ਮੂੰਹ ਅੱਡੀ ਖੜੀਆਂ, ਜੋ ਸ਼ਹੀਦਾਂ ਨੇ, ਸਾਡੇ ਫਰੀਡਮ ਫਾਈਟਰਸ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹ ਦੇਖਦੇ ਹਾਂ ਤਾਂ ਲੱਗਦਾ ਬੇਕਾਰ ਗਈਆਂ, ਕਿਉਂਕਿ ਜੋ ਉਹਨਾਂ ਨੇ ਸੁਪਨੇ ਲਏ ਸੀ ਉਹ ਪੂਰੇ ਨਹੀਂ ਹੋਏ। ਸਾਨੂੰ ਠੀਕ ਹੈ ਕਿ ਅੱਜ ਸਾਰੇ ਇਹਨਾਂ ਨੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ, ਐਂਟਰਟੇਨਮੈਂਟ ਵੀ ਹੋਈ ਆ, ਨਾਲ ਦੀ ਨਾਲ ਉਹਨਾਂ ਸਮੱਸਿਆ 'ਤੇ ਵੀ ਚਰਚਾ ਹੋਈ ਆ ਜਿਹੜੀਆਂ ਸਾਡੇ ਅੱਗੇ ਦਰਪੇਸ਼ ਹਨ ਅਤੇ ਜਿਨ੍ਹਾਂ ਦੇ ਵਾਸਤੇ ਸਾਨੂੰ ਹੱਲ ਲੱਭਣੇ ਪੈਣੇ ਆ। ਸਾਡੀ ਇਹ ਨੌਜਵਾਨ ਪੀੜ੍ਹੀ ਜਿਹੜੀ ਆ, ਸਾਨੂੰ ਇਹਨਾਂ ਤੋਂ ਬਹੁਤ ਆਸਾ ਆ ਕਿ ਇਹ ਉਹਨਾਂ ਸਮੱਸਿਆਵਾਂ ਦਾ ਹੱਲ ਲੱਭਣਗੇ। ਸਾਡੇ ਨੇਤਾਵਾਂ ਨੇ ਸਾਡੇ ਦੇਸ਼ ਦਾ ਜੋ ਹਾਲ ਕਰ ਦਿੱਤਾ, ਆਪਣੇ ਹਿੱਤਾਂ ਦੀ ਖਾਤਰ ਦੇਸ਼ ਦੇ ਉਹਨਾਂ ਨੇ ਹਿੱਤ ਵੇਚ ਦਿੱਤੇ, ਜਿਹਦਾ ਰਿਜ਼ਲਟ ਸਾਡੀ ਅੱਜ ਦੀ ਪੀੜ੍ਹੀ ਭੁਗਤ ਰਹੀ ਆ। ਨਤੀਜਾ ਬਾਹਰ ਵਿਦੇਸ਼ਾਂ 'ਚ ਕਿਉਂ ਜਾ ਰਹੇ ਆ, ਨਸ਼ਿਆਂ ਵੱਲ ਕਿਉਂ ਜਾ ਰਹੇ ਆ, ਇਹਦਾ ਕੋਈ ਕਾਰਨ ਹੈ। ਇਹਦਾ ਕਾਰਨ ਹੈ ਕਿ ਸਾਡੇ ਜਿਹੜੀ ਪਹਿਲੀ ਪੀੜ੍ਹੀ ਆ
ਉਹ ਸੁੱਤੀ ਰਹੀ ਜਾਂ ਉਹਨਾਂ ਦੀਆਂ ਜਿਹੜੀਆਂ ਐਫਰਟ ਸੀ ਉਹ ਨਾ ਕਾਫੀ ਸੀ, ਜਿਸ ਕਰਕੇ ਇੱਥੇ ਤੱਕ ਪਹੁੰਚੋਗੇ। ਮੈਂ ਆਸ ਕਰਦੀ ਹਾਂ ਕਿ ਹੁਣ ਦੀ ਜਿਹੜੀ ਪੀੜ੍ਹੀ ਆ, ਇਹ ਸਾਡੀ ਨੌਜਵਾਨ ਤਬਕਾ ਜਿਵੇਂ ਇਹਨਾਂ ਬੱਚਿਆਂ ਨੇ ਰਾਵੀ ਆ, ਨਾਲ ਇਸ ਅਤੇ ਹੋਰ ਇਸ ਦੀਆਂ ਸਹੇਲੀਆਂ ਆ, ਬਾਕੀ ਸਾਰੇ ਆ, ਇਹਨਾਂ ਨੇ ਉੱਦਮ ਕੀਤਾ ਵੱਖ ਵੱਖ ਸਮੱਸਿਆਵਾਂ 'ਤੇ, ਇਹਨਾਂ ਨੇ ਅੱਜ ਚਰਚਾ ਵੀ ਕੀਤੀ ਆ, ਉਹਨਾਂ ਦੇ ਹੱਲ ਬਾਰੇ ਵੀ ਗੱਲ ਕੀਤੀ ਆ, ਨਾਲ ਨਾਲ ਇਹਨਾਂ ਨੇ ਅੱਜ ਸਾਉਣ ਦਾ ਮਹੀਨਾ ਆ, ਇਹਨੂੰ ਇੰਜੋਏ ਵੀ ਕੀਤਾ ਆ। ਇਸ ਤਰੀਕੇ ਦੇ ਨਾਲ ਇਹ ਮੈਨੂੰ ਆਸ ਆ ਕਿ ਸਹੀ ਰਸਤੇ 'ਤੇ ਸਾਡੇ ਸਮਾਜ ਨੂੰ ਜਾਣ 'ਚ ਕਾਮਯਾਬ ਹੋਣਗੀਆਂ। ਮੈਂ ਇਹਨਾਂ ਸਾਰਿਆਂ ਬੱਚਿਆਂ ਨੂੰ ਆਪਣੇ ਵੱਲੋਂ ਸ਼ੁਭ ਇਸ਼ਾਵਾਂ ਦਿੰਦੀ ਹਾਂ, ਆਸ਼ੀਰਵਾਦ ਦਿੰਦੀ ਹਾਂ ਅਤੇ ਆਸ ਰੱਖਦੀ ਹਾਂ ਇਹਨਾਂ ਕੋਲੋਂ ਕਿ ਸਾਡਾ ਆਉਣ ਵਾਲਾ ਸਮਾਜ ਇਹ ਬਹੁਤ ਵਧੀਆ ਵਸਾ ਜੀ। ਪੰਜਾਬੀ ਨੂੰ ਸੰਭਾਲਣਾ, ਪੰਜਾਬੀ ਨੂੰ ਸੰਭਾਲ ਕੇ ਰੱਖਣਾ, ਆਪਣੇ ਵਿਚਾਰਾਂ ਨੂੰ ਸਤਰਾਂ ਦੇ ਵਿੱਚ ਪਰੋਣਾ, ਇਹਦੇ ਲਈ ਬਹੁਤ ਸਮਾਂ ਲੱਗਦਾ। ਹਾਂਜੀ ਹਾਂਜੀ, ਬਸ ਇਹੀ ਪ੍ਰੇਰਨਾ ਕਰਨ ਦੇ ਲਈ ਬੀਬੀਆਂ ਦੀ ਸੱਥ ਵਿੱਚ ਭੈਣ ਚਰਨਜੀਤ ਕੌਰ ਜੀ ਨੇ ਹਮਲਾ ਮਾਰਿਆ ਆ। ਪਹਿਲੇ ਅਸੀਂ ਉਸ ਤਰ੍ਹਾਂ ਵਿਚਾਰ ਸਾਂਝੇ ਕਰਦੇ ਸੀ, ਪਰ ਉਹਨੂੰ ਸਿੱਖ ਪੁਸਤਕ ਦਾ ਰੂਪ ਦੇਣਾ। ਹੁਣ UNO ਦਾ ਜਿਹੜਾ ਇਸਤਰੀ ਸਸ਼ਕਤੀਕਰਨ ਦੇ ਇਸ ਸਾਲ ਦਾ ਥੀਮ ਵੀ ਇਹੀ ਹੈ, ਇੰਸਪਾਇਰ ਇਨਕਲੂਜ਼ਨ, ਵੀ ਦੂਸਰਿਆਂ ਨੂੰ ਉਤਸ਼ਾਹਿਤ ਕਰਨਾ। ਅਤੇ ਅਸੀਂ ਪੰਜਾਬੀ ਮੰਚ 'ਤੇ ਪੰਜਾਬੀ ਭੈਣਾਂ ਇਸ ਜਿਹੜੇ ਆਸ ਲੈ ਕੇ, ਇਸ ਵਿਸ਼ੇ ਨੂੰ ਲੈ ਕੇ, ਅਤੇ ਭੈਣ ਜੀ ਚਰਨਜੀਤ ਕੌਰ ਜੀ ਦਾ ਇਹੀ ਹੈ ਵੀ ਅਸੀਂ ਨਾਨਕ ਨਾਮ ਦੀ ਗੱਲ ਕਰਨੀ, ਅਸੀਂ ਨਾਨਕ ਜੀ ਨਾਨਕ ਨਾਮ ਲੇਵਾ ਨਾਲ ਜੁੜੇ ਜਿਹੜੇ ਆ ਭੈਣਾਂ ਆ, ਉਹਨਾਂ ਨੇ ਰਲ ਮਿਲ ਕੇ, ਕਿਉਂਕਿ ਆਸਤਕ ਸਾਹਿਤਕ ਗਰੁੱਪ ਬਹੁਤ ਨੇ, ਪਰ ਇੱਕ ਧਰਮ ਦੀ ਗੱਲ ਕਰਦੇ ਹੋਏ, ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹੋਏ, ਅਸੀਂ ਭੈਣਾਂ ਨੇ ਕਿੱਦਾਂ ਇਹ ਸਾਹਿਤਕ ਇੱਕ ਗਰੁੱਪ ਦੇ ਵਿੱਚ ਇਕੱਠੇ ਹੋਣਾ ਆ, ਉਸ ਦੇ ਅਧੀਨ ਅਸੀਂ ਇਹ ਜਿਹੜੀ ਪ੍ਰਕਾਸ਼ਨਾ ਕੀਤੀ ਹੈ ਅੱਜ ਕਿਤਾਬ ਦੀ, ਅਤੇ ਉਸ ਦੇ ਨਾਲ ਹੀ ਸਾਡਾ ਇਹ ਮੰਤਵ ਹੈ ਕਿ ਸਥਾਪਿਤ ਕਵਿਤਰੀਆਂ ਬਹੁਤ ਨੇ, ਬੜੇ ਮੰਚ ਨੇ, ਪਰ ਜਿਹੜੇ ਉੱਭਰਦੇ ਕਵੀਆਂ ਨੂੰ ਮੰਚ ਦੇਣਾ, ਅਤੇ ਜਿਨ੍ਹਾਂ ਦੀ ਕਵਿਤਾ ਉਹਨਾਂ ਦੀ ਛਾਪ ਨਹੀਂ, ਉਹਨਾਂ ਨੂੰ ਮੰਚ 'ਤੇ ਲਿਆਉਣਾ, ਉਹਨਾਂ ਨੂੰ ਸ਼ਾਬਸ਼ ਦੇਣੀ, ਇਹ ਮੰਤਵ ਨੇ ਜਿਸ ਹੈ, ਅਤੇ ਬੀਬੀਆਂ ਦੀ ਸੱਥ ਹੈ, ਇਹ 53 ਹੈ, ਸਾਡੀ ਪੁਸਤਕ ਹੈ। ਧੰਨਵਾਦ ਜੀ। ਮੈਂ ਦੇਖਿਆ ਕਾਫੀ ਪੁਸਤਕਾਂ ਜਿਹੜੀਆਂ ਹੈਗੀਆਂ ਆ ਉਹ ਆਪ ਜੀ ਨੇ ਲਿਖੀਆਂ, ਕਿਉਂਕਿ ਇੱਕ ਪੁਸਤਕ ਨੂੰ ਲਿਖਣ ਦੇ ਲਈ ਬਹੁਤ ਸਮਾਂ ਲੱਗਦਾ ਹੈ, ਕਿਉਂਕਿ ਪਰਿਵਾਰ ਦਾ ਵੀ ਪਿੱਛੋਂ ਸਹਿਯੋਗ ਚਾਹੀਦਾ, ਬੜਾ ਵੱਡਾ ਸੰਘਰਸ਼ ਕਰਨਾ ਪੈਂਦਾ, ਕਿਸ ਤਰ੍ਹਾਂ ਲੱਗਦਾ ਜੀ? ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਕਿ ਇੱਕ ਮੇਰਾ ਸ਼ੇਅਰ ਹੈ ਕਿ ਜ਼ਿਹਨ 'ਚ ਪਲਦੇ ਜਜ਼ਬੇ ਅਕਸਰ ਰਚਨਾ ਬਣਦੇ ਮਿਹਨਤ ਕਰ ਜੀ, ਜ਼ਿਹਨ 'ਚ ਪਲਦੇ ਜਜ਼ਬੇ ਅਕਸਰ ਰਚਨਾ ਬਣਦੇ ਮਿਹਨਤ ਕਰ, ਤਾਪ ਘੜੇ ਅਰਮਾਂਜ ਸਵਾਰੇ ਸੋਨਾ ਕੋਈ ਸੁਨਿਆਰ ਜੂੰ। ਵੀ ਇਸ ਤਰ੍ਹਾਂ ਰਚਨਾ ਲਿਖਣੀ ਸੌਖੀ ਨਹੀਂ ਹੈ, ਬੜੇ ਕਈ ਵਾਰ ਉਸਲ ਵੱਟੇ ਲੈਣੇ ਪੈਂਦੇ ਨੇ ਤਾਂ ਕਿਤੇ ਜਾ ਕੇ, ਕਿਉਂਕਿ ਵਾਰਤਕ ਲਿਖਣੀ ਸੌਖੀ ਆ, ਜਦੋਂ ਤੁਸੀਂ ਕਵਿਤਾ ਨੂੰ ਜਾਂ ਗੀਤ ਨੂੰ ਜਾਂ ਗਜ਼ਲ ਨੂੰ ਕਿਸੇ ਮੀਟਰ ਵਿੱਚ ਬੰਨਣਾ ਹੁੰਦਾ, ਤਾਂ ਫਿਰ ਤੁਹਾਨੂੰ ਕਈ ਵਾਰ ਸ਼ਬਦਾਂ ਨੂੰ ਕੱਟਣਾ ਪੈਂਦਾ, ਛਾਂਟਣਾ ਪੈਂਦਾ, ਬਹੁਤ ਮਿਹਨਤ ਕਰਨੀ ਪੈਂਦੀ ਆ, ਅਤੇ ਇਹਦੇ ਲਈ ਇੱਕ ਤਾਂ ਲਗਾਤਾਰ ਯਤਨ ਜ਼ਰੂਰੀ ਹੈ। ਕੋਈ ਵੀ ਇਨਸਾਨ ਇੱਕ ਦਿਨ 'ਚ ਕਵੀ ਨਹੀਂ ਬਣ ਸਕਦਾ। ਆਪਣੀ ਉਹ ਰਚਨਾ ਤੁਸੀਂ ਵਾਰ ਵਾਰ ਪੜ੍ਹੋਗੇ ਤਾਂ ਤੁਹਾਨੂੰ ਲੱਗੇਗਾ ਵੀ ਇਹਦੇ ਵਿੱਚ ਆਹ ਨੁਕਸ ਹੈ, ਇਹਦੀ ਥਾਂ 'ਤੇ ਮੈਂ ਆਹ ਸ਼ਬਦ ਕਰ ਦੇਵਾਂ ਤਾਂ ਜ਼ਿਆਦਾ ਵਧੀਆ। ਬਾਕੀ ਇਹ ਜਿਹੜਾ ਪ੍ਰੋਗਰਾਮ ਹੈ 53 ਦਾ, ਮੈਂ ਇੱਕ ਵਾਰੀ ਅਰਥ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਪਹਿਲਾਂ ਕੁੜੀਆਂ ਨੂੰ ਪੜ੍ਹਾਉਂਦੇ ਤਾਂ ਹੈ ਨਹੀਂ ਸੀ, ਕੱਤਣਾ ਕੱਢਣਾ ਬੁਣਨਾ ਦਰੀਆਂ ਬੁਣਨੀਆਂ ਜੋ ਦਾਜ ਤਿਆਰ ਕਰਨਾ ਕੁੜੀਆਂ ਹੱਥੀਂ ਕੰਮ ਕਰਕੇ ਤਿਆਰ ਕਰਦੀਆਂ ਸੀ। ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਕਿ ਧੀ ਜਦੋਂ ਘਰ 'ਚ ਜਨਮ ਲੈਂਦੀ ਸੀ, ਹਾਂਜੀ, ਘਰ ਦੀ ਬੜੀ ਖੁਸ਼ਹਾਲੀ ਧੀ ਦੇ ਨਾਲ ਹੁੰਦੀ ਆ, ਇੱਕ ਜਿਹੜੀ
ਫੁਲਵਾੜੀ ਹੈਗੀ ਹੈ ਉਹਦੀ ਤਰ੍ਹਾਂ ਹੀ ਘਰ ਖਿੜਦਾ ਹੈਗਾ। ਇੱਕ ਧੀ ਦਾ ਜਨਮ ਹੋ ਜਾਣਾ, ਮਾਮਾ ਨੇ ਪਹਿਲੀਆਂ 'ਚ ਉਹਦਾ ਦਾਜ ਤਿਆਰ ਕਰਨਾ ਸਟਾਰਟ ਕਰ ਦੇਣਾ। ਬਿਲਕੁਲ, ਅਤੇ ਦੇਖੋ ਕਿੱਦਾਂ ਝੋਲਿਆਂ ਦੇ ਉੱਪਰ, ਬਸਤਿਆਂ ਦੇ ਉੱਪਰ, ਦਰੀਆਂ ਦੇ ਉੱਪਰ, ਖੇਸਾਂ ਦੇ ਉੱਪਰ ਵਾਹ ਕਢਾਈ ਹੋਇਆ ਕਰਦੀ ਸੀ ਜੀ। ਹਾਂਜੀ, ਕਹਿੰਦੇ ਧੀ ਜੰਮੀ ਤੋਂ ਹੀ ਫਿਕਰ ਹੋ ਜਾਂਦਾ ਮਾਂ ਨੂੰ ਜੀ। ਅਤੇ ਇੱਕ ਬੜੀ ਸੋਹਣੀ ਬੋਲੀ ਦੀ ਤੁਕ ਹੈ ਵੀ ਧੀ ਜੰਮ ਪੀ ਜਵਾਈ ਵਾਲਾ ਹੋ ਗਿਆ, ਟਸਰੀ ਨਾ ਬੰਨ ਮੁੰਡਿਆ। ਬਾਪ ਨੂੰ ਵੀ ਥੋੜ੍ਹਾ ਜਿਹਾ ਜਿਹੜਾ ਬੋਲਣ ਦਾ, ਪਹਿਨਣ ਦਾ ਸਲੀਕਾ ਜਿਹੜਾ ਉਹ ਚੇਂਜ ਕਰ, ਧੀ ਦੇ ਨਾਲ ਬਹੁਤ ਕੁਛ ਬਦਲਦਾ। ਸਿਆਣੇ ਅਕਸਰ ਕਿਹਾ ਵੀ ਕਰਦੇ ਸੀ ਕਿ ਦੇਖੋ ਜੀ ਧੀ ਨੇ ਜਨਮ ਲੈ ਲਿਆ ਕਾਕਾ, ਹੁਣ ਹਿਸਾਬ ਕਿਤਾਬ ਨਾਲ ਬੋਲਿਆ ਕਰ, ਬੋਲਿਆ ਕਰ। ਇਹ ਸਿਆਣਿਆਂ ਕੋਲ ਅਸੀਂ ਵੀ ਸੁਣਿਆ ਕਰਦੇ ਸੀ। ਹਾਂਜੀ, ਇਹ ਸਮਾਂ ਲੁਕ ਹੋ ਗਿਆ। ਹਾਂਜੀ, ਇਹ ਸਮਾਂ ਬਦਲ ਗਿਆ। ਤੇ ਕੁੜੀਆਂ ਇਕੱਠੀਆਂ ਬੈਠ ਕੇ ਤ੍ਰਿੰਜਣ ਕਿਹਨੂੰ ਕਹਿੰਦੇ ਆ, ਵੀ ਇਕੱਠੀਆਂ ਬੈਠ ਕੇ ਕੱਤਿਆ ਕਰਦੀਆਂ ਸੀ ਜੀ। ਉਹਨਾਂ ਦੇ ਵਿੱਚ ਕੋਈ ਸਿਆਣੀ ਬਜ਼ੁਰਗ ਬੇਬੇ ਹੁੰਦੀ ਸੀ, ਉਹ ਅਟੇਰੀ ਜਾਂਦੀ ਸੀ। ਅੱਜ ਕੱਲ੍ਹ ਤਾਂ ਲੋਕਾਂ ਨੂੰ ਅਟੇਰਨ ਦਾ ਵੀ ਨਹੀਂ ਪਤਾ ਹੋਣਾ ਵੀ ਕਿਆ ਚੀਜ਼ ਹੁੰਦੀ ਹੈ। ਅਤੇ ਹੁਣ ਪਿੱਛੇ ਜੇ ਇੱਕ ਟੋਪਿਕ ਆਇਆ ਵੀ ਮੇਲਾ ਤ੍ਰਿੰਜਣਾ ਦਾ, ਇਹਦੇ 'ਤੇ ਕਵਿਤਾ ਲਿਖ ਕੇ ਭੇਜੋ। ਮੈਂ ਉਹਨਾਂ ਨੂੰ ਕਿਹਾ ਵੀ ਮੇਲਾ ਤੀਆਂ ਦਾ ਹੋ ਸਕਦਾ, ਤ੍ਰਿੰਜਣਾ ਦਾ ਕਾਹਦਾ ਮੇਲਾ ਹੋਇਆ ਹੈ? ਤ੍ਰਿੰਜਣ 'ਤੇ ਕੁੜੀਆਂ ਦਾ ਬੈਠ ਕੇ ਇਕੱਠ ਵਿੱਚ ਕੱਤਣ ਨੂੰ, ਉਹ ਵੀ ਛੋਪੇ ਪਾ ਕੇ ਕੱਤਦੀਆਂ ਸੀ। ਹੋ ਗਿਆ, ਹਾਂਜੀ, ਖੇਤੀ ਨੇ ਵੀ ਕਰਵਟ ਲੈ ਲਿਆ। ਹਾਂਜੀ, ਕਿਉਂਕਿ ਉਹ ਚੀਜ਼ਾਂ ਚਰਖੇ ਖਤਮ ਹੋ ਗਏ ਤੇ ਤ੍ਰਿੰਜਣ ਕਿੱਥੇ ਜੀ ਜੀ ਬਿਲਕੁਲ। ਪਰ ਸ਼ਬਦਾਂ ਨੂੰ ਸਾਡੇ ਇਹ ਮੈਡਮ ਨੂੰ ਮੈਂ ਬਹੁਤ ਧੰਨਵਾਦ ਵੀ ਕਰਦੀ ਹਾਂ ਔਰ ਇਹਨਾਂ ਦੀ ਪ੍ਰਸ਼ੰਸਾ ਕਰਦੀ ਹਾਂ ਕਿ ਇਹਨਾਂ ਨੇ ਦੇਖੋ ਆ ਪੰਜਾਬੀ ਵਿਰਸਾ ਸਾਂਭਿਆ ਹੋਇਆ, ਸੰਭਾਲਿਆ ਜੀ, ਸੰਭਾਲਣਾ ਚਾਹੀਦਾ ਜੀ। ਹੁਣ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਗਾਗਰ ਕੀ ਹੁੰਦੀ ਹੈ, ਬਿਲਕੁਲ, ਹੈਂਜੀ। ਸੋ ਇਹਨਾਂ ਨੇ ਇਹ ਸੰਭਾਲਿਆ ਹੋਇਆ, ਇਹਨਾਂ ਦੀ ਬਹੁਤ ਬੜੀ ਦੇਣ ਹੈ। ਅਤੇ ਸ਼ਹੀਦਾਂ ਦੀਆਂ, ਦੇਸ਼ ਭਗਤਾਂ ਦੀਆਂ ਯਾਦਗਾਰਾਂ ਸੰਭਾਲਣੀਆਂ, ਉਹਨਾਂ ਦੀਆਂ ਯਾਦਗਾਰਾਂ ਬਣਾਉਣੀਆਂ ਬਹੁਤ ਬੜਾ ਉੱਦਮ ਹੈ। ਅਤੇ ਤ੍ਰਿੰਜਣ ਦੀ ਗੱਲ ਆਪਣੀ ਵਿਚਕਾਰ ਰਹਿ ਗਈ ਤਾਂ ਉਹ ਮੈਂ ਉਹਨਾਂ ਨੂੰ ਕਿਹਾ, ਕਹਿੰਦੇ ਜੀ ਇੱਕ ਕਵੀ ਨੇ ਲਿਖਿਆ ਕਿ ਤ੍ਰਿੰਜਣਾ ਸੱਜ ਕੇ ਤੀਆਂ ਚਾਹੀਆਂ, ਉਹ ਤ੍ਰਿੰਜਣਾ ਕੁੜੀਆਂ ਨੂੰ ਹੀ ਕਹੀ ਜਾਂਦਾ, ਸੱਜ ਤਾਜ ਤ੍ਰਿੰਜਣਾ ਕਹਿੰਦਾ ਆਈਆਂ। ਔਰ ਰਿਟਾਇਰਡ ਪਰਸਨ ਆ ਉਹ, ਚੰਡੀਗੜ੍ਹ ਦੇ ਰਹਿਣ ਵਾਲਾ, ਜੇ ਭਾਈ ਤੈਨੂੰ ਸਮਝੇ ਨਹੀਂ ਤੂੰ ਛੱਡ ਦੇ ਇਸ ਗੱਲ ਨੂੰ, ਨਾ ਲਿਖ, ਮੈਂ ਨਹੀਂ ਲਿਖ ਕੇ ਪਾਇਆ ਉਹਦੇ ਵਿੱਚ ਕਿ ਤ੍ਰਿੰਜਣਾ ਦਾ ਮੇਲਾ ਨਹੀਂ ਹੋ ਸਕਦਾ, ਤੀਆਂ ਕਹੋ ਤੁਸੀਂ ਜਾਂ ਤ੍ਰਿੰਜਣ ਵੱਖਰਾ ਟੋਪਿਕ ਦੇ ਦਿਓ। ਪਰ ਜਿਵੇਂ ਇਹਨਾਂ ਨੇ ਇਸ ਸ਼ਬਦ ਦੀ, ਕਿਉਂਕਿ ਹੁਣ ਕੁੜੀਆਂ ਨੇ ਪੜ੍ਹਨਾ ਲਿਖਣਾ ਕੰਪਿਊਟਰ ਹੈ ਉਹਨਾਂ ਕੋਲ, ਅਤੇ ਹੁਣ ਉਹਨਾਂ ਨੇ ਚਰਖੇ ਨਹੀਂ ਕੱਤਣੇ, ਚਰਖਾ ਕੱਤਣਾ ਜਿਹੜਾ ਕੇਵਲ ਚਰਖਾ ਕੱਤਣਾ ਹੀ ਨਹੀਂ ਸੀ ਹੁੰਦਾ, ਉਹਦੇ ਨਾਲ ਤੁਹਾਨੂੰ ਆਪਸੀ ਸਾਂਝ, ਮਿਲਵਰਤਣ, ਕੰਮ ਕਰਨਾ ਔਰ ਕਿਵੇਂ ਐਡਜਸਟਮੈਂਟ ਕਰਨੀ ਆ, ਪੂਣੀਆਂ ਕੰਪੀਟੀਸ਼ਨ ਕਿੱਡਾ ਬੜਾ ਸੀ, ਦੋ ਦੋ ਪੂਣੀਆਂ ਇਸ ਤਰ੍ਹਾਂ ਕਰਕੇ ਰੱਖੀਆਂ ਜਾਂਦੀਆਂ ਸੀ। ਔਰ ਜਿਹੜੀ ਉਹਨਾਂ ਦੀ ਸਰਦਾਰ ਕੁੜੀ ਹੁੰਦੀ ਸੀ ਲੀਡਰ, ਉਹ ਫਟਾਫਟ ਦੋ ਦੋ ਪੂਣੀਆਂ ਸਭ ਨੂੰ ਸੁੱਟਦੀ ਵੀ ਸੀ ਔਰ ਆਪਣੀਆਂ ਬਰਾਬਰ ਕੱਤਦੀ ਵੀ ਸੀ। ਕਿੰਨੀ ਕੰਪੀਟੀਸ਼ਨ ਦੀ ਭਾਵਨਾ ਸੀ, ਇਹ ਗੁਣ ਸਾਡੇ 'ਚ ਸਹਿ ਸੁਭਾਅ ਆ ਜਾਂਦੇ ਸੀ। ਫਿਰ ਉਹ ਕੁਛ ਨਾ ਕੁਛ ਲਿਆਉਣਾ ਆਪਣੇ ਘਰਾਂ 'ਤੇ ਵੰਡ ਕੇ ਖਾਣਾ, ਕਿੱਡੀ ਵੱਡੀ ਦੇਣ ਸੀ। ਹੁਣ ਸਾਡੇ ਸਮਾਜ 'ਚ ਕੀ ਆ, ਜੇ ਇੱਕ ਕਮਰੇ ਵਿੱਚ 10 ਜਣੇ ਬੈਠੇ ਹਾਂ, 10 ਜਣੇ ਆਪੋ ਆਪਣਾ ਮੋਬਾਈਲ ਲੈ ਕੇ ਬੈਠੇ ਹਾਂ ਅਤੇ ਕੋਈ ਕਿਸੇ ਨਾਲ ਸਾਂਝ ਨਹੀਂ ਉਹਨਾਂ ਦੀ ਕਮਰੇ 'ਚ। ਘਰ ਮੈਂ ਇੱਕ ਕਵਿਤਾ ਲਿਖੀ ਹੋਈ ਆ, ਅਤੇ ਰਾਵੀ ਜੀ ਦਾ ਬਹੁਤ ਬੜਾ ਉੱਦਮ ਹੈ ਜਿਹੜਾ ਇਹਨਾਂ ਨੇ ਭੈਣਾਂ ਨੂੰ ਇਕੱਠੀਆਂ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਇਕੱਠੀਆਂ ਕਰਕੇ ਕਿਤਾਬ ਛਪਾਈ ਆ। ਔਰ ਕਿੰਨਾ ਵੱਡਾ ਹੁਲਾਰਾ ਹੁੰਦਾ ਜਦੋਂ ਕਿਸੇ ਨੂੰ ਇਹ ਹੁੰਦਾ ਕਿ ਮੇਰੀ ਕਵਿਤਾ ਉਸ ਕਿਤਾਬ ਵਿੱਚ ਛਪੀ ਹੈ, ਅਤੇ ਜਾ ਕੇ ਅੱਜ ਜਦ ਘਰਦਿਆਂ ਦਿਖਾਉਣੀ ਹੈ ਦੇਖੋ ਜੀ ਆਹ ਕਿਤਾਬ ਮੈਨੂੰ ਅੱਜ
ਮਿਲੀ ਆ ਤੇ ਪਹਿਲੀ ਕਿਤਾਬ ਦਾ ਇੰਨਾ ਚਾਅ ਹੁੰਦਾ ਜਿਵੇਂ ਘਰੇ ਮੁੰਡਾ ਜੰਮਿਆ। ਬਿਲਕੁਲ ਬਿਲਕੁਲ, ਕਿਉਂਕਿ ਸਮਾਂ ਬਹੁਤ ਲੱਗਦਾ ਜੀ। ਹਾਂਜੀ, ਉਹਨੂੰ ਲਿਖਣ ਦੇ ਲਈ, ਫਰੋਣ ਦੇ ਲਈ, ਇੱਕ ਇੱਕ ਪੇਪਰ ਨੂੰ, ਇੱਕ ਇੱਕ ਲਫ਼ਜ਼ ਨੂੰ ਸੰਭਾਲਣਾ, ਤੇ ਫਿਰ ਪਰਿਵਾਰਾਂ ਦੇ ਘਰਾਂ ਦੇ ਕੰਮ ਵੀ ਬਹੁਤ ਹੈ, ਬੀਬੀਆਂ ਭੈਣਾਂ ਨੂੰ ਸਭ ਤੋਂ ਜ਼ਿਆਦਾ ਕੰਮ ਵੀ ਘਰਾਂ ਦੇ ਕਰਨੇ ਪੈਂਦੇ ਜੀ। ਬਿਲਕੁਲ ਜੀ, ਅਤੇ ਵੇਖੋ ਆਪਣੀ ਇੱਕ ਜਾਂ ਦੋ ਜਾਂ ਦਸ ਕਿਸੇ ਨੇ ਗੀਤ ਕਵਿਤਾਵਾਂ ਲਿਖ ਲਏ, ਉਹ ਨਹੀਂ ਛੁਪਾ ਸਕਦਾ। 20-25 ਹਜ਼ਾਰ ਰੁਪਇਆ ਕਿੱਥੇ ਖਰਚ ਕਰੂਗਾ ਅਗਲਾ? ਫਿਰ ਕਦੋਂ 100 ਕਵਿਤਾਵਾਂ ਹੋਣਗੀਆਂ, ਕਦੋਂ ਕਿਤਾਬ ਛਪੂਗੀ? ਅਤੇ ਜਿਹੜੀਆਂ ਸਾਂਝੀਆਂ ਕਿਤਾਬਾਂ ਨੇ ਉਹਨਾਂ ਵਿੱਚ ਤੁਸੀਂ 2 ਰਚਨਾ 5 ਰਚਨਾ ਦੇ ਕੇ ਅਤੇ ਥੋੜ੍ਹੇ ਜਿਹੇ ਪੈਸਿਆਂ ਨਾਲ ਪਾਰਟੀਸਪੇਟ ਕਰ ਸਕਦੇ ਹਾਂ। ਇਹ ਵੀ ਬਹੁਤ ਬੜਾ ਉੱਦਮ ਹੈ, ਮੈਂ ਇਹਨਾਂ ਨੂੰ ਸ਼ਾਬਾਸ਼ੀ ਦਿੰਦੀ ਹਾਂ ਇਸ ਗੱਲ। ਲਾਸਟ ਇਹ ਸਵਾਲ ਹੈਗਾ, ਰਾਵੀ ਸਿੱਧੂ ਪਿੰਡ ਜੱਬੋਵਾਲ, ਜੱਬੋਵਾਲ ਦਾ ਨਾਮ ਵੀ ਰੋਸ਼ਨ ਹੋ ਰਿਹਾ ਹੈਗਾ ਆ, ਕਿਸ ਤਰ੍ਹਾਂ ਮਨ ਦੇ ਅੰਦਰ ਆ ਗਿਆ ਕਿ ਮੈਂ ਇਹ ਰਸਤੇ ਨੂੰ ਫੜਨਾ ਹੈਗਾ ਆ, ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਕਵਿਤਾ ਦੇ ਰਾਹੀਂ ਕਿਤਾਬਾਂ ਤੱਕ ਲੈ ਕੇ ਜਾਣੇ ਆ ਜੀ? ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਜੀ, ਜਦੋਂ ਅਸੀਂ ਕਿਤਾਬਾਂ ਪੜ੍ਹਦੇ ਆਪਣੇ ਦਿਲ 'ਚ ਵੀ ਵਿਚਾਰ ਆਉਂਦਾ ਵੀ ਅਸੀਂ ਵੀ ਇਹਨਾਂ ਵਾਂਗੂ ਕੁਛ ਲਿਖੀਏ, ਆਪਣੇ ਦਿਲ ਦੇ ਵਿਚਾਰਾਂ ਨੂੰ ਲਿਖੀਏ। ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਆ ਕਿਤਾਬਾਂ ਪੜ੍ਹਨ ਦਾ, ਪਹਿਲਾਂ ਮੈਂ ਸਿੱਖੀ ਦੀਆਂ ਕਿਤਾਬਾਂ ਪੜ੍ਹਦੀ ਹੁੰਦੀ ਸੀ ਜ਼ਿਆਦਾ, ਉਹ ਤੋਂ ਬਾਅਦ ਹੌਲੀ ਹੌਲੀ ਮੈਂ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਪਈ, ਸ਼ੇਰੋ ਸ਼ਾਇਰੀ ਪੜ੍ਹਨ ਲੱਗ ਪਈ, ਨਾਵਲ ਪੜ੍ਹਨ ਲੱਗ ਪਈ, ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਕਹਾਣੀਆਂ ਉੱਭਣ ਲੱਗ ਪਈਆਂ, ਕਵਿਤਾਵਾਂ ਉੱਭਣ ਲੱਗ ਪਈਆਂ, ਉਹ ਮੈਂ ਲਿਖਣ ਲੱਗ ਪਈ। ਕਦੇ ਸੋਚਿਆ ਸੀਗਾ ਕਿ ਇੰਨੇ ਮੰਚ ਦੇ ਉੱਪਰ ਇਹ ਮਹਾਨ ਕਵੀ ਜਿਹੜੇ ਹੈਗੇ ਆ ਇਕੱਠੇ ਹੋਣਗੇ, ਇਹਨਾਂ ਦਾ ਆਸ਼ੀਰਵਾਦ ਮਿਲੇਗਾ? ਕਦੇ ਆਉਂਦਾ ਸੀ? ਕਿਉਂਕਿ ਅੱਜ ਦਾ ਜਿਹੜਾ ਇਕੱਠ ਹੈ ਉਹ ਵੇਖਿਆ, ਅੱਜ ਦਾ ਇਹ ਸ਼ਾਨਦਾਰ ਪ੍ਰੋਗਰਾਮ ਵੇਖਿਆ ਹੈਗਾ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ? ਮੈਨੂੰ ਤਾਂ ਇੰਨੀ ਖੁਸ਼ੀ ਹੈ ਕਿ ਜਿੱਦਾਂ ਕਿ ਸਾਡੇ ਘਰ ਵਿਆਹ ਹੁੰਦਾ ਆ, ਮੈਨੂੰ ਵਿਆਹ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ। ਮੈਂ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਹੈਗੀ, ਕਿਉਂਕਿ ਭੈਣਾਂ ਨਾਲ ਉਹਨਾਂ ਦੀਆਂ ਰਚਨਾਵਾਂ ਇਕੱਠੀਆਂ ਕਰਨੀਆਂ, ਉਹਨਾਂ ਨੂੰ ਬੁਲਾਉਣਾ, ਹਾਂਜੀ ਉਹਨਾਂ ਨੂੰ ਬੁਲਾਉਣਾ, ਉਹਨਾਂ ਦਾ ਕਿਸ ਤਰ੍ਹਾਂ ਅਸੀਂ ਸਨਮਾਨ ਕਰਾਂਗੇ ਅਤੇ ਉਹਨਾਂ ਖੁਸ਼ੀ ਮਿਲੇ, ਉਹ ਸਾਡੀ ਪ੍ਰਸ਼ੰਸਾ ਕਰਨ, ਇੰਨਾ ਚਾਅ ਹੁੰਦਾ ਨਾ। ਮੈਂ ਮਤਲਬ ਕਿ ਮੈਂ ਹਫ਼ਤਾ ਹੋ ਗਿਆ ਕਿ ਮੈਂ ਬੈਠ ਕੇ ਨਹੀਂ ਦੇਖਿਆ, ਸੌਂ ਕੇ ਨਹੀਂ ਦੇਖਿਆ ਵੀ ਪ੍ਰੋਗਰਾਮ ਵਧੀਆ ਹੋ ਜਾਵੇ ਸਾਡਾ। ਅੱਜ ਥੋੜ੍ਹਾ ਮੀਂਹ ਕਾਰਨ ਥੋੜ੍ਹਾ ਡਾਮਾਡੋਲ ਜਿਹਾ ਮਨ ਹੋਇਆ ਸੀ, ਪਰ ਭੈਣਾਂ ਇਕੱਠੀਆਂ ਹੋ ਗਈਆਂ। ਹਾਂਜੀ, ਲੈ ਟੁੱਟੀ ਨਹੀਂ। ਹਾਂਜੀ, ਸਟੇਜ ਬਹੁਤ ਹੀ ਫਿਰ ਵੀ ਆਏ ਗਏ ਆ, ਕਾਫੀ ਵੱਡਾ ਜਿਹੜਾ ਪ੍ਰੋਗਰਾਮ ਹੈ ਵੇਖਣ ਨੂੰ ਮਿਲਿਆ ਹੈਗਾ ਆ। ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਘਰ ਬੈਠੀਆਂ ਇਹਨਾਂ ਵੈੱਬ ਦੇ ਨਾਲ ਜੁੜੀਆਂ ਹੋਈਆਂ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਮੈਂ ਸਾਰੀਆਂ ਭੈਣਾਂ ਨੂੰ ਇਹ ਦੁਆ ਦੇਣ ਕਹਿਣਾ ਚਾਹੁੰਦੀ ਹਾਂ, ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਵੀ ਅੱਗੇ ਆਉਣ, ਆਪਣੇ ਮਨ ਦੇ ਵਿਚਾਰਾਂ ਨੂੰ ਲਿਖਣ ਦੀ ਕੋਸ਼ਿਸ਼ ਕਰਨ, ਪਹਿਲਾਂ ਕਿਤਾਬਾਂ ਪੜ੍ਹਨ, ਫਿਰ ਉਹਨਾਂ ਦੇ ਮਨ ਵਿੱਚ ਆਏਗਾ ਕਿ ਅਸੀਂ ਵਿਚਾਰ ਲਿਖੀਏ ਆਪਣੇ। ਕਿ ਮੈਸੇਜ ਵੀ ਬਹੁਤ ਵਧੀਆ ਜਾ ਰਿਹਾ ਭੈਣਾਂ ਨੂੰ, ਪੰਜਾਬੀ ਨੂੰ ਸੰਭਾਲਣਾ, ਕਵਿਤਾ ਦੇ ਅੰਦਰ ਅੱਛੇ ਅੱਛੇ ਬੋਲ ਅੱਗੇ ਲੈ ਕੇ ਜਾਣੇ ਚਾਹੀਦੇ ਆ। ਜਿਹੜੇ ਪਰਿਵਾਰਾਂ 'ਚ ਬੈਠ ਕੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਟੇਜ ਦੇ ਵਿੱਚ ਪਰਿਵਾਰਾਂ 'ਚ ਬੈਠ ਕੇ ਸੁਣਨ ਵਾਲੀਆਂ ਤੇ ਸਮਝਣ ਵਾਲੀਆਂ ਗੱਲਾਂ ਲਿਖਣੀਆਂ ਚਾਹੀਦੀਆਂ, ਪੜ੍ਹਨੀਆਂ ਚਾਹੀਦੀਆਂ ਨੇ। ਅੱਜ ਕੱਲ੍ਹ ਆਪਾਂ ਨਾ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਭੱਜਦੇ ਹਾਂ, ਜਿਹਦੇ ਵਿੱਚ ਆਪਣੀ ਪੰਜਾਬੀ ਮੈਨੂੰ ਲੱਗਦਾ 5ਵੀਂ 6ਵੀਂ ਤੋਂ ਸ਼ੁਰੂ ਹੋ ਰਹੀ ਹੈ। ਆਪਣੇ ਘਰ ਦੀਆਂ ਭੈਣਾਂ ਨੂੰ ਚਾਹੀਦੀਆਂ ਨੇ, ਮਾਮਾ ਨੂੰ ਚਾਹੀਦੀਆਂ, ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੰਜਾਬੀ ਸਿਖਾਲਣ, ਆਪਣੇ ਘਰ ਦੇ ਵਿੱਚ ਛੋਟੀ ਜਿਹੀ ਲਾਇਬ੍ਰੇਰੀ ਰੱਖਣ, ਜਿਹਦੇ ਵਿੱਚ ਆਪਣੀਆਂ ਪੰਜਾਬੀ ਦੀਆਂ ਕਵਿਤਾਵਾਂ ਰੱਖਣ, ਜਾਂ ਊੜਾ ਐੜਾ ਰੱਖਣ, ਗੁਰਮੁਖੀ ਤੋਂ ਉਹਨਾਂ ਨੂੰ ਸਟਾਰਟ ਕਰਨ। ਹਾਂਜੀ, ਇਹ ਮੈਂ ਮੈਸੇਜ ਸਾਰਿਆਂ ਨੂੰ ਦੇਵਾਂਗੀ, ਪੰਜਾਬ 'ਚ ਵੀ ਜਿੰਨੀਆਂ ਭੈਣਾਂ ਨੇ ਜਾਂ ਪੰਜਾਬ ਤੋਂ ਬਾਹਰ ਜਿੰਨੀਆਂ ਪੰਜਾਬੀ ਭੈਣਾਂ ਨੇ, ਮਾ
ਸਾਡੀ ਛੋਟੀ ਭੈਣ ਰਾਵੀ ਸਿੱਧੂ ਦਾ ਬਹੁਤ ਬਹੁਤ ਧੰਨਵਾਦ, ਜਿਹਦੇ ਬਦੌਲਤ ਮੈਂ ਪਹਿਲੀ ਵਾਰ ਕਵੀ ਦਰਬਾਰ ਦੇ ਵਿੱਚ ਆ ਕਿਸੇ ਕਿਸੇ ਕਿਤਾਬ ਦੇ ਵਿੱਚ ਆਪਣਾ ਰਚਨਾਵਾਂ ਲਿਖੀਆਂ ਅਤੇ ਮੈਂ ਨਵੀਂ ਆ ਪਹਿਲਾਂ ਹੀ ਸੋਰੀ ਮੰਗ ਲੈਂਦੀ ਹਾਂ ਕਿਉਂਕਿ ਮੈਂ ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਮੇਰੀ ਨੌਲੇਜ ਨਹੀਂ ਹੈ। ਮੇਰਾ ਬੇਟਾ ਕਹਿੰਦਾ ਕਿ ਮੈਂ ਉਹਦੇ ਲਈ ਕੁਛ ਚਾਰ ਮਹੀਨਾ ਲਿਖਦਾ ਉਹ ਸੁਣਾ। ਹੌਕੇ ਲੈ ਲਿਆ ਦੁਨੀਆਂ ਮਾਵਾਂ ਜਦ ਹੁਣ ਦੇ ਪੁੱਤ ਭਰਦੇ ਸੀ, ਹੌਕੇ ਲੈ ਲਿਆ ਰੋਂਦੀਆਂ ਮਾਵਾਂ ਜਦ ਹੁੰਦੇ ਨੇ ਪੁੱਤ ਭਰਦੇ ਸੀ, ਲੋਕਾਂ ਸਾਹਮਣੇ ਕਿਰਕਿਰ ਹੱਸਣ ਭਰਦੇ ਵਿੱਚ ਰਹੇ ਹੁੰਦਾ ਸੀ। ਸੁਰਤ ਤਾਂ ਹਰ ਪਲ ਪਤ ਵਿੱਚ ਰਹਿੰਦੀ ਪਰ ਹੋਰ ਕਿਸੇ ਨੂੰ ਪੁੱਛਣਾ ਕਹਿੰਦੀ, ਛੇਤੀ ਛੇਤੀ ਪੁੱਤ ਭੁੱਲ ਜਾਵਾਂ ਪੁੱਟ ਕੇ ਉਹਨੂੰ ਸੀਨੇ ਲਾਵਾਂ, ਮਾਤਾ ਇਹੋ ਕਰੇ ਗੁਆਵਾਂ ਕਦੇ ਨਾ ਲੱਗਣ ਪੱਤੀਆਂ ਵਾਵਾਂ, ਲੰਬੀਆਂ ਉਮਰਾਂ ਜੀਵੇ ਪੁੱਤਰਾ ਤੇਰੇ ਬਿਨ ਸਾਡਾ ਜੀਵੇ ਪੁੱਤਰਾ, ਦਿਲ ਵੀ ਤੂੰ ਏ ਜਾਨ ਵੀ ਤੂੰ ਏ ਇਹ ਜੋ ਵਸਦਾ ਮੇਰਾ ਜਹਾਨ ਵੀ ਤੂੰ ਏ, ਵਿੱਚ ਪਰਦੇਸਾਂ ਵਸਦਾ ਰਹਿ ਤੂੰ ਖੁਸ਼ੀਆਂ ਦੇ ਵਿੱਚ ਫਸਦਾ ਰਹਿ ਤੂੰ, ਖੁਸ਼ੀਆਂ ਦੇ ਵਿੱਚ ਫਸਦਾ ਰਹਿ ਤੂੰ, ਭਾਵੇਂ ਬੈਠਾ ਦੁੱਧ ਹੈ ਤੂੰ ਪਰ ਪੁੱਤਰਾ ਮੇਰਾ ਗਰੂਰ ਹੈ ਤੂੰ, ਪੁੱਤਰਾ ਮੇਰਾ ਗਰੂਰ। ਥੈਂਕ ਯੂ। ਬਹੁਤ ਵਧੀਆ ਰੁਪਿੰਦਰ ਕੌਰ ਕਰਕੇ ਜੱਤਾ ਜੀ ਨੇ ਮੇਰੀ ਕਵਿਤਾ ਪੇਸ਼ ਕੀਤੀ ਹੈ। ਕਹਿੰਦੇ ਮੈਂ ਪਹਿਲੀ ਵਾਰ ਬੋਲੀ ਪਰ ਦਿੱਤਾ ਨਹੀਂ ਸੀ ਕਿ ਪਹਿਲੀ ਵਾਰ ਬੋਲੀ ਅਤੇ ਉਹਦੇ ਵੀ ਇਮੋਸ਼ਨਲ ਹੋ ਗਏ ਨੇ। ਸੋ ਕਹਿੰਦੇ ਔਖਾ ਕੰਮ ਨਾ ਕੋਈ ਜਹਾਨ ਉੱਤੇ, ਔਖਾ ਕੰਮ ਨਾ ਕੋਈ ਜਹਾਨ ਉੱਤੇ, ਹੁੰਦਾ ਕਰਨਾ ਸਦਾ ਆਰਾਮ ਔਖਾ ਹੋਵੇ ਖੁਦਨਾ ਤੇ ਸੁੱਖ ਪਹਾੜ ਦੇਈਏ ਪਰ ਬਿਨਾਂ ਹੌਸਲੇ ਟੁੱਟਣਾ ਕੰਮ ਔਖਾ। ਸੋ ਅਗਲੀ ਵਾਰੀ ਹੈ ਸਰਬਜੀਤ ਕੌਰ ਚੌਂਤਾ ਜੀ ਆ ਜੀ ਆਇਆ ਸਰਬਜੀਤ ਕੌਰ ਚੌਂਤਾ ਜੀ। ਬੜੀਆਂ ਸੋਹਣੀਆਂ ਲੱਗਦੀਆਂ ਨੇ ਸੱਚੀਆਂ ਹੋ ਕੇ ਜਾਗ
ਕਵਿਤਾ ਵੀ ਕਿੱਥੇ ਲਿਖੀ ਸੀ ਆਪਣੇ ਪੰਜਾਬ ਦੇ ਹਾਲਾਤਾਂ ਬਾਰੇ, ਅਤੇ ਮੈਂ ਉਹਦੀ
ਗਏ ਹੋ ਰਾਹ ਉੱਤੇ ਟੁੱਲ ਆਉਣਾ ਕਿਸੇ ਨਾ ਪੰਜਾਬ ਘੁੰਮਣ ਕਮਾਉਣ ਨੂੰ ਜੀ ਸਾਨੂੰ ਲੱਭੇ ਨਾ ਮਲਮ ਜ਼ਖਮਾਂ ਤੇ ਲਾਉਣ ਨੂੰ ਜੀ ਸਾਨੂੰ ਲੱਭੇ ਨਾ ਮਲਮ ਜ਼ਖਮਾਂ ਤੇ ਲਾਉਣ ਨੂੰ ਰਲ ਸਿਰ ਜੋੜ ਬਈਏ ਲੱਭ ਲਈਏ ਕੋਈ ਹੱਲ ਸਾਡਾ ਰੰਗਲਾ ਪੰਜਾਬ ਨਾ ਗਵਾਵੇ ਮਰਥਲ ਰਲ ਸਿਰ ਜੋੜ ਬਈਏ ਕੋਈ ਲੱਭ ਲਈਏ ਹੱਲ ਸਾਡਾ ਰੰਗਲਾ ਪੰਜਾਬ ਨਾ ਗਵਾਵੇ ਮਰਥਲ ਜਦੋਂ ਨਸ਼ੇ ਦੀ ਵਗੀਆ ਨਹੀਂ ਜੇ ਖਿੜਨੇ ਗੁਲਾਬ ਜਦੋਂ ਨਸ਼ੇ ਦੀ ਵਗੀਆ ਨਹੀਂ ਜੇ ਖਿੜਨੇ ਗੁਲਾਬ ਕਿੱਥੋਂ ਲੱਭਾਂਗੇ ਜ਼ਮੀਨਾਂ ਕਲਮਾ ਉਗਾਉਣ ਨੂੰ ਜੀ ਸਾਨੂੰ ਲੱਭੇ ਨਾ ਮਲਮ ਜ਼ਖਮਾਂ ਤੇ ਲਾਉਣ ਨੂੰ ਜੀ ਸਾਨੂੰ ਲੱਭੇ ਨਾ ਮਲਮ ਜ਼ਖਮਾਂ ਤੇ ਲਾਉਣ ਨੂੰ ਜੀ ਸਾਨੂੰ ਲੱਭੇ ਨਾ ਮਲਮ ਜ਼ਖਮਾਂ ਤੇ ਲਾਉਣ ਨੂੰ ਧੰਨਵਾਦ ਜੀ। ਸਾਨੂੰ ਲੱਭੇ ਨਾ ਮਲਮ ਜ਼ਖਮਾਂ ਤੇ ਲਾਉਣ ਵਾਲੇ ਬਹੁਤ ਵਧੀਆ ਤੁਹਾਡੀ ਕਵਿਤਾ। ਇਸ ਤੋਂ ਬਾਅਦ ਮੈਂ ਕਿਰਨਦੀਪ ਕੌਰ ਕਿਰਨਜੋਤ ਕੌਰ ਜੀ ਮੋਗਾ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਇੱਕ ਸ਼ੇਅਰ ਬੋਲ ਕੇ ਉਹਨਾਂ ਨੂੰ ਮੈਂ ਸਟੇਜ 'ਤੇ ਬੇਨਤੀ ਕਰਾਂਗੀ ਕਿ ਉਹ ਅੱਗੇ ਸੰਚਾਲਨ ਸੰਭਾਲ। ਸੁਚੱਜੀਆਂ ਧੀਆਂ ਮਾਪਿਆਂ ਦੀ ਸ਼ਾਨ ਹੈ, ਜਗ ਸਾਰੇ ਪਹਿਲਾਂ ਤੇ ਮਾਣ ਹੈ, ਸਦਕੇ ਜਾਈਏ ਰਾਵੀ ਗਈਆਂ ਧੀਆਂ ਦੇ, ਜਿੰਨਾ ਬਣਾਈ ਆਪਣੇ ਬਲ ਤੇ ਪਹਿਚਾਣ ਹੈ। ਗੱਲ ਕਰਾਂ ਮੈਂ ਉਸ ਦੀ ਜੋ ਕਰਮ ਦੀ ਧਣੀ ਹੈ, ਧੀਆਂ ਲਈ ਮਿਸਾਲ ਕਿਰਨਜੀਤ ਕੌਰ ਮੋਗਾ ਬਣੀ ਹੈ। ਧੀਆਂ ਲਈ ਮਿਸਾਲ ਕਿਰਨਜੀਤ ਕੌਰ ਮੋਗਾ ਬਣੀ। ਆਓ ਜੀ ਜੀਆਂ ਨੂੰ ਪਤਾ ਲੱਗੇ ਸੰਚਾਲਨ ਕਰਨਗੇ ਕਿਰਨਜੀਤ ਕੌਰ। ਆਓ ਜੀ ਰਚਨਾ ਤੋਂ ਸ਼ੁਰੂ ਕਰਾਂਗੀ ਇਜਾਜ਼ਤ ਹੋਵੇ ਤਾਂ ਜੀ।
ਦੇ ਵਿੱਚ ਲਿਖਿਆ ਸੀ ਕਿਉਂਕਿ ਸਮਾਂ ਜਿਹੜਾ ਪਰਿਵਰਤਨ ਹਰ ਸੱਭਿਅਤਾ ਦੇ ਵਿੱਚ ਆਉਂਦਾ, ਪਰਿਵਰਤਨ ਓਨਾ ਕੁ ਆਵੇ ਜਿਹੜਾ ਕਿ ਅਸੀਂ ਹਜ਼ਮ ਕਰ ਲਈਏ। ਮਾਂ ਪੁੱਤ ਦਾ ਵਾਰਤਾਲਾਪ ਹੈ, ਕਹਿੰਦਾ ਪਹਿਲਾਂ ਵਾਂਗੂ ਨਾ ਤੂੰ ਮੈਨੂੰ ਪੁੱਤ ਪੁੱਤ ਕਹਿੰਦੀ ਹੈ, ਪਹਿਲਾਂ ਵਾਂਗੂ ਨਾ ਤੂੰ ਮੈਨੂੰ ਪੁੱਤ ਪੁੱਤ ਕਹਿੰਦੀ ਹੈ, ਕੀ ਗੱਲ ਹੋ ਗਈ ਬੇਬੇ ਜੀ ਹੁਣ ਚੁੱਪ ਜੀ ਰਹਿੰਦੀ ਹੈ, ਕੀ ਗੱਲ ਹੋ ਗਈ ਬੇਬੇ ਜੀ ਤੂੰ ਚੁੱਪ ਜੀ ਰਹਿੰਦੀ ਹੈ। ਮਾਂ ਕਹਿੰਦੀ ਪੂਰੇ 6 ਮਹੀਨੇ ਹੋ ਗਏ, ਪੂਰੇ 6 ਮਹੀਨੇ ਹੋ ਗਏ ਜਾਨ ਕੜਿੱਕੀ ਵਿੱਚ ਆਈ ਵੇ, ਮੈਨੂੰ ਦੁੱਖ ਦਿੰਦੀ ਹੈ ਕਾਕਾ ਤੇਰੀ ਸੱਜ ਵਿਆਹੀ ਵੇ, ਤੇਰੀ ਸੱਜ ਵਿਆਹੀ ਵੇ। ਤੜਕੇ ਉੱਠ ਕੇ ਸੁਰਖੀ ਬਿੰਦੀ ਲਾਉਂਦੀ ਆ, ਤੜਕੇ ਉੱਠ ਕੇ ਸੁਰਖੀ ਬਿੰਦੀ ਲਾਉਂਦੀ ਆ, ਗਾਵੇ ਫਿਲਮੀ ਗੀਤਾਂ ਨੂੰ ਨਾ ਰੱਬ ਦਿਉਂਦੀ ਆ, ਨਾ ਰੱਬ ਦਿਉਂਦੀ ਆ। ਤੇਰੇ ਚਾਹ ਗੈਸ 'ਤੇ, ਤੇਰੇ ਚਾਹ ਗੈਸ 'ਤੇ ਚੁੱਲ੍ਹੇ ਵਿੱਚ ਨਾ ਅੱਗ ਮਚਾਈ ਵੇ, ਮੈਨੂੰ ਦੁੱਖ ਦਿੰਦੀ ਹੈ ਤੇਰੀ ਸੱਜ ਵਿਆਹੀ ਵੇ, ਤੇਰੀ ਸੱਜ ਵਿਆਹੀ ਵੇ। ਪੁੱਤ ਕਹਿੰਦਾ ਗਿਆ ਬੀਤ ਜ਼ਮਾਨਾ ਪਿੱਛੇ, ਬੇਬੇ ਗਿਆ ਬੀਤ ਜ਼ਮਾਨਾ ਪਿੱਛੇ, ਤੇਰੀ ਨਾਲ ਜਵਾਨੀ ਦੇ ਮਨ ਅਦਾਣੇ ਆਉਂਦੇ ਸੀ ਜਦੋਂ ਉਦੋਂ ਜਵਾਨੀ ਦੇ, ਪੀੜ੍ਹੀ ਉੱਤੇ ਬਹਿੰਦੀ ਬਹਿੰਦੀ, ਪੀੜ੍ਹੀ ਉੱਤੇ ਬਹਿੰਦੀ ਬਹਿੰਦੀ ਸੋਫੇ 'ਤੇ ਬਹਿੰਦੀ ਹੈ, ਮੈਂ ਕਿਹਾ ਕੀ ਗੱਲ ਹੋ ਗਈ ਬੇਬੇ ਨੀ ਹੁਣ ਤੂੰ ਚੁੱਪ ਜੀ ਰਹਿੰਦੀ ਹੈ। ਸੋਫੇ ਨੂੰ ਕੀ ਅੱਗ ਲਾਵਾਂ, ਸੋਫੇ ਨੂੰ ਕੀ ਅੱਗ ਲਾਵਾਂ, ਸ਼ਰਮ ਹਜਾਤਾ ਲਾਈ ਵੇ, ਲਾ ਕੇ ਕੁੰਨੀ ਸਿਰ ਤੋਂ ਪਿੰਡ ਜੀਂਦੀ ਪਾਈ ਵੇ। ਪਿੰਡ ਵਿੱਚ ਗੱਲਾਂ ਘਰ ਸਾਡੇ ਦੀਆਂ ਹੋਣ, ਪਿੰਡ ਵਿੱਚ ਗੱਲਾਂ ਘਰ ਸਾਡੇ ਦੀਆਂ ਹੋਣ, ਘਰ ਘਰ ਸਾਰੇ ਮੱਝੀ ਦੁਹਾਈ ਵੇ, ਮੈਨੂੰ ਦੁੱਖ ਦਿੰਦੀ ਹੈ ਕਾਕਾ ਤੇਰੀ ਸੱਜ ਵਿਆਹੀ ਵੇ। ਨਾਲ ਸਮੇਂ ਦੇ ਬੇਬੇ, ਨਾਲ ਸਮੇਂ ਦੇ ਬੇਬੇ, ਰੋਹ ਰੀਤਾਂ ਬਦਲਦੀਆਂ ਆਈਆਂ ਨੇ, ਕਿੰਨਾ ਚਿਰ ਨੂੰ ਮੋੜਾਂਗੇ ਇਹ ਸਭ ਸਜਾਈਆਂ ਨੇ। ਤੈਨੂੰ ਹਾਂਜੀ ਹਾਂਜੀ ਆਖੇ, ਤੈਨੂੰ ਹਾਂਜੀ ਹਾਂਜੀ ਆਖੇ ਫਿਰ ਵੀ ਅੱਗੋਂ ਪੈਂਦੀ ਹੈ, ਮੈਂ ਕਿਹਾ ਕੀ ਗੱਲ ਹੋ ਗਈ ਬੇਬੇ ਨੀ ਹੁਣ ਚੁੱਪਦੀ ਰਹਿੰਦੀ ਹੈ। ਹੁਣ ਜਿਹੜਾ ਸਾਡਾ ਇੱਕ ਅੰਧ ਵਿਸ਼ਵਾਸ ਸਾਡੇ ਸੱਭਿਆਚਾਰ ਦਾ ਅਨੋਖਾ ਅੰਗੀ ਤਾਂ ਹੈ, ਕਹਿੰਦੀ ਕੀ ਸਿਰ ਪਾਤਾ ਉਹਨੇ, ਕੀ ਸਿਰ ਪਾਤਾ ਉਹਨੇ ਤੇਰੇ, ਗੱਲ ਉਹਦੇ ਵੱਲ ਦੀ ਕਰਦਾ ਏ, ਹਰ ਗੱਲ ਵਿੱਚ ਹਾਮੀ ਭਰਦਾ ਏ, ਨਾਲੇ ਉਹਦੇ ਕੋਲੋਂ ਡਰਦਾ ਏ। ਪਾਵੇ ਨਿੱਤ ਸੂਟ ਬਦਲਵੇਂ, ਪਾਵੇ ਨਿੱਤ ਸੂਟ ਬਦਲਵੇਂ, ਕੀ ਉਹ ਕੈਨੇਡਿਓਂ ਆਈ ਵੇ ਜਾਂ ਫਿਰ ਕੋਈ ਕਰੇ ਕਮਾਈ ਵੇ, ਮੈਨੂੰ ਦੁੱਖ ਦਿੰਦੀ ਹੈ ਕਾਕਾ ਤੇਰੀ ਸੱਚ ਵਿਆਹੀ ਵੇ। ਪਰ ਤਰਕਸ਼ੀਲ ਦੀ ਮੈਂਬਰ ਬੇਬੇ, ਪਰ ਤਰਕਸ਼ੀਲ ਦੀ ਮੈਂਬਰ ਤੇਰੇ ਵਹਿਮ ਤਾਂ ਕੱਢੂਗੀ, ਕਿ ਰਣਜੀਤ ਅੰਧ ਵਿਸ਼ਵਾਸ ਦੇ ਘੇਰੇ ਨੂੰ ਤਰਕਾਂ ਨਾਲ ਵੱਢੂਗੀ, ਦੱਸ ਕਿਉਂ ਪੜ੍ਹੀ ਲਿਖੀ ਨੂੰ ਤੂੰ ਮੰਦਾ ਕਹਿੰਦੀ ਹੈ, ਮੈਂ ਕਿਹਾ ਕੀ ਗੱਲ ਹੋ ਗਈ ਬੇਬੇ ਨੀ ਹੁਣ ਚੁੱਪ ਜੀ ਰਹਿੰਦੀ ਹੈ। ਧੰਨਵਾਦ ਜੀ। ਇਸ ਤੋਂ ਅੱਗੇ ਗੁਜ਼ਾਰਿਸ਼ ਕਰਾਂਗੀ ਭੈਣ ਜੀ ਮਨਜੀਤ ਕੌਰ ਬੋਲਾ ਜੀ। ਸ਼ੁਕਰੀਆ। ਮੈਂ ਵੈਸੇ ਦੁਬਾਰੇ ਵੱਖ ਵੱਖ ਵਿਸ਼ਿਆਂ 'ਤੇ ਬੋਲ ਚੁੱਕੀ ਹਾਂ ਅਤੇ ਇਹ ਤੀਸਰੀ ਵਾਰੀ ਮੈਨੂੰ ਫਿਰ ਮਿਲ ਗਈ ਆ। ਮੈਂ ਆਪਣੀ ਰਚਨਾ ਤੁਹਾਡੇ ਲੈ ਕੇ ਆ ਰਹੀ ਹਾਂ। ਮੈਨੂੰ ਲੱਗਦਾ ਸੀ ਕਿ ਮੇਰੀ ਵਾਰੀ ਹੋ ਚੁੱਕੀ,
ਇਸ ਵਾਰੀ ਅਸੀਂ ਮਾਮੂਲੀ ਵਰਾ ਮੰਗਾਇਆ ਅਤੇ ਮੈਂ ਤੀਸਰੀ ਰਚਨਾ ਆਪਣੀ ਜਿਹੜੀ ਹੁਣ ਘਰ ਕੇ ਅੱਗੇ ਲੈ ਕੇ ਪੇਸ਼ ਹੋ ਰਹੀ ਹਾਂ ਉਹ ਪੰਜਾਬੀ ਬੋਲੀ ਦੀ ਹੈ, ਮਾਂ ਬੋਲੀ ਕਹਿ ਲਓ ਚਾਹੇ ਕੋਈ ਵੀ ਭਾਸ਼ਾ ਆ, ਜਿਹੜੀ ਵੀ ਸਾਡੀ ਮਾਂ ਬੋਲੀ ਹੈ ਉਸਦਾ ਆਪਣਾ ਮਤਲਬ ਹੈ। ਮਾਂ ਬੋਲੀ ਪੰਜਾਬੀ ਮਿੱਠੀ, ਮਾਂ ਬੋਲੀ ਪੰਜਾਬੀ ਮਿੱਠੀ, ਪੁਰਾਣੇ ਉਚਾਰੀ ਹੈ ਅੱਖਰ ਲਗਾ ਮਾਤਰਾ ਲਾ ਸਵਾਰੀ ਸ਼ਿੰਗਾਰੀ ਹੈ। ਮਾਂ ਬੋਲੀ ਪੰਜਾਬੀ ਮਿੱਠੀ ਪੁਰਾਣੇ ਉਚਾਰੀ ਹੈ ਅੱਖਰ ਲਗਾ ਮਾਤਰਾ ਲਾ ਸਵਾਰੀ ਸ਼ਿੰਗਾਰੀ ਹੈ। ਭਾਸ਼ਾ ਵਿਗਿਆਨ ਵਾਲੀ ਸਾਰ ਉੱਤੇ ਚਾੜ ਕੇ ਬੁਰਾਈ ਨੂੰ ਮਾਣ ਦਿੱਤਾ ਪਰ ਭਾਸ਼ਾ ਜਾਣ ਗੇ। ਭਾਸ਼ਾ ਵਿਗਿਆਨ ਵਾਲੀ ਸਾਰ ਉੱਤੇ ਚਾੜ ਕੇ ਬੁਰਾਈ ਨੂੰ ਮਾਣ ਦਿੱਤਾ ਭਾਸ਼ਾ ਜਾਣਗੇ। ਨਹੀਂ ਮਿੱਟਣੀ ਪੰਜਾਬੀ ਕੀ ਕਹਿੰਦੇ ਕਿ ਪੰਜਾਬੀ ਖਤਮ ਹੋਣਾ ਨਹੀਂ, ਉਸਦੇ ਸੰਬੰਧ ਵਿੱਚ ਮੇਰੀ ਅਰਜ਼ ਹੈ। ਨਹੀਂ ਮਿੱਟਣੀ ਪੰਜਾਬੀ ਕਿਉਂਕਿ ਪੁਰਾਣੀ ਏ ਬੋਲੀ ਏ ਤੇਰਾ ਵਾਰੀ ਟੱਕਰੀ ਚ ਪੁਰਾਣੇ ਟੋਲੀਏ। ਮਿੱਟਣੀ ਪੰਜਾਬੀ ਕਿਉਂਕਿ ਗੁਰਾਂਦੀ ਏ ਬੋਲੀਏ ਤੇਰਾ ਵਾਰੀ ਟੱਕਰੀ ਚ ਗੁਰਾਣੇ ਟੋਲੀਏ। ਗੁਰਾਣੇ ਤੇਰਾ ਵਾਰੀ ਟੱਕਰੀ ਚ ਗੁਰਾਣੇ ਟੋਲੀਏ। ਜੋ ਬੈਕਾਨੀ ਗੋਦ ਵਿੱਚੋਂ ਮੰਗਵਾਲਾ ਨਿਗ ਟੋਲਦਾ ਉਹਦੇ ਜਿਹਾ ਅਹਿਮ ਜਗ ਚ ਕੋਈ ਹੋਰ ਨਾ। ਜਨਨੀ ਮਾਂ ਮਾਂ ਕੁਨੀ ਤਿੰਨ ਮਾਂ, ਜਨਨੀ ਮਾਂ ਮਾਂ ਕੁਨੀ ਇੱਕ ਮਾਂ ਮਾਤ ਬੋਲੀ ਲਾਣਤ ਹੈ ਲੱਖ ਵਾਰੀ ਜਿਨਾ ਮਾਣ ਗੋਲੀਏ। ਲਾਣਤ ਹੈ ਲੱਖ ਵਾਰੀ ਜਿਨਾ ਮਾਣ ਗੋਲੀਏ। ਮਾਂ ਬੋਲੀ ਛੱਡ ਰਾਣੀ ਕੱਜਲ ਖੁਆਰੀਏ ਰੁੱਲ ਗਏ ਉਹ ਕੱਟੇ ਜਿਨਾ ਮਨੋ ਮਾਂ ਵਿਸਾਰੀਏ। ਕੋਈ ਰੁੱਲ ਗਏ ਉਹ ਕੱਟੇ ਜਿਨਾ ਮਨੋ ਮਾਂ ਵਿਸਾਰੀਏ। ਨਾ ਪੰਜਾਬੀ ਪਹਿਰਾਵਾ, ਨਾ ਪੰਜਾਬੀ ਪਹਿਰਾਵਾ
ਨਾ ਪੰਜਾਬੀ ਜਾਣਦਾ ਸਬੂਤ ਤੇਰੇ ਕੋਲ ਕੀ ਹੈ ਤੇਰੀ ਪਹਿਚਾਣ ਦਾ ਨਾ ਪੰਜਾਬੀ ਪਹਿਰਾਵਾ ਨਾ ਪੰਜਾਬੀ ਜਾਣਦਾ ਸਬੂਤ ਤੇਰੇ ਕੋਲ ਕੀ ਹੈ ਤੇਰੀ ਪਹਿਚਾਣ ਦਾ ਕਮਲਿਆ ਮਾਂ ਬੋਲੀ ਕਮਲਿਆ ਪਹਿਚਾਨ ਹੈ ਇਹਦੀ ਆਨ ਸ਼ਾਨ ਨਾਲ ਤੇਰੀ ਆਨ ਸ਼ਾਨ ਹੈ ਹਾਂ ਇਹਦੀ ਆਨ ਸ਼ਾਨ ਨਾਲ ਤੇਰੀ ਆਨ ਸ਼ਾਨ ਹੈ ਜੜ ਤੋਂ ਬਿਨਾਂ ਕਦੀ ਜੜ ਤੋਂ ਬਿਨਾਂ ਕਦੀ ਪੌਦਾ ਨਹੀਂ ਜੀ ਫਲਦਾ ਮਾਤੋਂ ਬਿਨਾਂ ਬੱਚਾ ਰੁੱਲ ਖੁੱਲ ਕੇ ਪਲਦਾ ਤੇਰਾ ਗੌਰ ਫਰਮਾਣਾ ਬਾਬੇ ਪੋਤੇ ਵਾਲੀ ਸਾਂਝ ਉੱਥੇ ਟੁੱਟ ਜਾਏਗੀ ਬਾਬੇ ਪੋਤੇ ਵਾਲੀ ਸਾਂਝ ਉੱਥੇ ਟੁੱਟ ਜਾਏਗੀ ਜਿਸ ਦੀ ਲਾਦ ਯਾਰੋ ਮਾਂ ਬੋਲੀ ਭੁੱਲ ਜਾਏਗੀ ਜਿਸ ਦੀ ਔਲਾਦ ਯਾਰੋ ਮਾਂ ਬੋਲੀ ਭੁੱਲ ਜਾਏਗੀ ਕੱਤ ਦੇ ਵਿੱਚ ਸਾਗਰ ਕੱਤ ਦੇ ਵਿੱਚ ਸਾਗਰ ਬੰਦ ਗੁਰਾਂ ਕੀਤਾ ਏ ਗੁਰੂ ਗ੍ਰੰਥ ਸਾਹਿਬ ਤੋਪਾ ਜੋ ਪੰਜਾਬੀ ਵਿੱਚ ਹੀ ਦਿੱਤਾ ਗੁਰੂ ਗ੍ਰੰਥ ਸਾਹਿਬ ਤੋਪਾ ਪੰਜਾਬੀ ਵਿੱਚ ਹੀ ਦਿੱਤਾ ਏ ਇਸ ਅਮੂਲੀ ਦਾਤ ਵਿੱਚੋਂ ਇਸ ਅਮੂਲੀ ਦਾਤ ਵਿੱਚੋਂ ਮੋਤੀ ਜੇ ਚੁਣਨੇ ਪੈਂਤੀ ਅੱਖਰ ਤੇ ਪਹਿਲਾਂ ਤਾਣੇ ਪੈਣੇ ਗੁਣਨੇ ਪੈਂਤੀ ਅੱਖਰਾਂ ਦੇ ਪਹਿਲਾਂ ਤਾਣੇ ਪੈਣੇ ਗੁਣਨੇ ਗੁਰਾਂ ਮਾਣ ਦਿੱਤਾ ਜਿਹਨੂੰ ਗੁਰਾਂ ਮਾਣ ਦਿੱਤਾ ਜਿਹਨੂੰ ਆਪਾਂ ਮਾਣ ਕਰੀਏ ਅਮੁੱਲੇ ਖਜ਼ਾਨੇ ਵਿੱਚੋਂ ਆਓ ਚੋਲੀਆਂ ਭਰੀਏ ਅਮੁੱਲੇ ਖਜ਼ਾਨੇ ਵਿੱਚੋਂ ਆਓ ਚੋਲੀਆਂ ਭਰੀਏ ਨਹੀਂ ਮੁੱਕਣੀ ਪੰਜਾਬੀ ਮੈਨੂੰ ਮਰਨੀ ਪੰਜਾਬੀ ਮੈਨੂੰ ਮਿਟਣੀ ਪੰਜਾਬੀ ਸਾਡੇ ਗੁਰਾਂ ਦੀ ਇਹ ਬੋਲੀ ਮਰਨੀ ਪੰਜਾਬੀ ਸਾਡੇ ਗੁਰਾਂ ਦੀ ਏ ਬੋਲੀਏ ਤੇਰਾ ਵਾਲੀ ਤੱਕੜੀ ਚ ਗੁਰਾਂ ਨੇ ਤੋਲੀਏ ਤੇਰਾ ਵਾਲੀ ਤੱਕੜੀ ਚ ਗੁਰਾਂ ਨੇ ਤੋਲੀਏ ਬੋਲ ਪੰਜਾਬੀ ਬੋਲ ਬੀਬੀਆ ਬੋਲ ਪੰਜਾਬੀ ਰਾਣੀ
ਪੰਡਿਤ ਰਿਆਵਾਂ ਦੇ ਕਰ ਜਾਈ ਦੇਣ ਸੁਨੇਹਾ ਸਾਂਝ ਮੁਹੱਬਤਾਂ ਦਾ ਹੈ ਸਭ ਨੂੰ ਆਈ। ਇਹੀ ਸੁਨੇਹਾ ਭੈਣ ਜੀ ਨੇ ਆਪਣੀ ਰਚਨਾ ਦੇ ਵਿੱਚ ਦਿੱਤਾ ਹੈ ਸਾਨੂੰ। ਬੋਲੀ ਦੀ ਗੱਲ ਚੱਲੀ ਹੈ, ਜੇ ਅਸੀਂ ਆਪਣੀ ਬੋਲੀ ਨੂੰ ਬੋਲਾਂਗੇ ਬੋਲੀ ਫਿਰ ਹੀ ਬਚੂਗੀ। ਅਸੀਂ ਕਹਿੰਦੇ ਸਾਡਾ ਧਰਮ ਗ੍ਰੰਥ ਸਾਡੀ ਬੋਲੀ ਦੇ ਵਿੱਚ ਆ, ਪਰ ਪਿੱਛੇ ਝਾਤੀ ਮਾਰੀਏ ਤਾਂ ਚਾਰੇ ਵੇਦ ਵੀ ਸੰਸਕ੍ਰਿਤ ਦੇ ਵਿੱਚ ਸਨ, ਅੱਜ ਉਹ ਸੰਸਕ੍ਰਿਤ ਕਿੱਥੇ ਆ। ਪਰ ਸਾਨੂੰ ਲੋੜ ਆ ਥੋੜ੍ਹਾ ਜਿਹਾ ਇੱਧਰ ਧਿਆਨ ਦੇਣ ਦੀ। ਅੱਗੇ ਗੁਜ਼ਾਰਿਸ਼ ਕਰਾਂਗੇ ਡਾਕਟਰ ਭੁਪਿੰਦਰ ਕੌਰ ਕਵਿਤਾ ਜੀ ਨੂੰ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕਰਨ ਜੀ। ਡਾਕਟਰ ਭੁਪਿੰਦਰ ਕੌਰ ਕਵਿਤਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਪਹਿਲੇ ਆਪਣੇ ਪਿਤਾ ਜੀ ਦੀ ਸ਼ਮਾਏ ਜਲਦੀ ਰਹੇਗੀ ਪੁਸਤਕ ਵਿੱਚੋਂ ਜਿਹੜੀ ਥੋੜ੍ਹੀ ਲਾਈਨਾਂ ਬੋਲ ਕੇ ਫਿਰ ਮੈਂ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੇ ਕਰਦੀ ਹਾਂ। ਭੈਣੇ ਮੈਂ ਨਹੀਂ ਕਹਿੰਦੀ ਕਿ ਮਿੱਲਾਂ ਦੇ ਛੱਟ ਕੱਪੜੇ ਕੋਈ ਮੋਟਾ ਖੁੱਲ੍ਹਾ ਜਿਹਾ ਖੱਦਰ ਹੰਡਾਮ ਲੱਗ ਪਓ, ਨਾ ਹੀ ਕਹਾਂ ਛੱਡ ਸਕੂਲ ਕਾਲਜ ਕੋਈ ਖੁੱਡਦੀ ਚੂਹੀ ਵਾਂਗ ਜੀਵਨ ਬਤਾਨ ਲੱਗ ਪਓ। ਸਿੱਖੀ ਕਹੇ ਮੋਟੇ ਨਾਲ ਦਾ ਮੋਟਾ ਵੱਧ ਕੇ ਵੀਰਾਂ ਦਾ ਹੱਕ ਵਟਾਉਣ ਲੱਗ ਪਓ, ਪਰ ਕਲਗੀ ਦਰਦ ਦਸ਼ਮੇਸ਼ ਦੀ ਉਹ ਬੱਚੀ ਜੇ ਨੁਮਾਇਸ਼ ਹੁਸਨ ਦੀ ਸੜਕਾਂ 'ਤੇ ਲਾ ਰਹੀ ਹੈ ਤਾਂ ਇੰਜ ਸੰਧੀ ਦਸ਼ਮੇਸ਼ ਦੀ ਗੋਦ ਛੱਡ ਕੇ ਆਪਣੇ ਆਪ ਨੂੰ ਨਰਕ 'ਚ ਪਾ ਰਹੀ ਹੈ, ਨਰਕ 'ਚ ਪਾ ਰਹੀ ਹੈ। ਹੁਣ ਅਸੀਂ ਕਹਿੰਦੇ ਹਾਂ ਅੱਜ ਅਸੀਂ ਪੁਸਤਕ ਨਿਊ ਗੌਰਤਾ ਦਾ ਰਿਲੀਜ਼ ਹੋ ਰਹੀ ਹੈ, ਭੈਣ ਚਰਨਜੀਤ ਕੌਰ ਦੀ ਆਸਟ੍ਰੇਲੀਆ ਬੈਠੇ ਨੇ ਅਤੇ ਉਹਨਾਂ ਨੇ ਦੇਖੋ ਸ਼ਬਦਾਂ ਦੀ ਕਿੰਨੀ ਕਰਾਮਾਤ ਹੈ, ਸਾਡੀ ਭੈਣਾਂ ਦੀ ਇਕੱਠ ਦੀ ਕਿੰਨੀ ਕਰਾਮਾਤ ਹੈ ਕਿ ਇੱਕ ਅਸੀਂ ਗੱਲਬਾਤ ਰਹੇ ਸੀ ਦੂਜੇ ਨੂੰ ਮਿਲੇ ਵੀ ਨਹੀਂ ਹੋਏ, ਅੱਜ ਵੀ ਕਿੰਨੀਆਂ ਭੈਣਾਂ ਅੱਜ ਵੀ ਮਿਲੀਆਂ ਨੇ ਅਤੇ ਪਰ ਸਾਡੇ ਉਹ ਸ਼ਬਦਾਂ ਦੇ ਸਾਂਝ ਦੇ ਨਾਲ ਅੱਜ ਅਸੀਂ ਇਹ ਜਿਹੜਾ ਸਾਕਾਰ ਹੋਇਆ ਸਾਡਾ ਸੁਪਨਾ ਨਿਊ ਗੌਰਤਾ ਦਾ ਪੁਸਤਕ ਦਾ ਨਾਮ ਹੈ ਅਤੇ ਉਹ ਰਿਲੀਜ਼ ਹੋ ਰਹੀ ਹੈ ਅਤੇ ਮੈਂ ਇਸੇ ਹੀ ਵਿਸ਼ੇ 'ਤੇ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਵੀ ਇਹਦਾ ਮਤਲਬ ਕੀ ਹੈ। ਯੁੱਗ ਔਰਤਾਂ ਦਾ ਆ ਗਿਆ, ਯੁੱਗ ਔਰਤਾਂ ਦਾ ਹੈ ਆ ਗਿਆ, ਡੂੰਘੇ ਅਰਥ ਸਮਝਾ ਗਿਆ। ਯੁੱਗ ਔਰਤਾਂ ਦਾ ਆ ਗਿਆ, ਡੂੰਘੇ ਅਰਥ ਸਮਝਾ ਗਿਆ। ਨਾ ਅਸੀਂ ਪ੍ਰਧਾਨ ਨਾ ਅਸੀਂ ਅਧੀਨ, ਅਸੀਂ ਤਾਂ ਬਣਨਾ ਹਰ ਗੱਲੇ ਪ੍ਰਵੀਨ। ਨਾ ਅਸਾਂ ਉੱਚੇ ਨਾ ਅਸੀਂ ਨੀਵੇਂ, ਨਾ ਅਸੀਂ ਉੱਚੇ ਨਾ ਅਸੀਂ ਨੀਵੇਂ, ਰਹਿਣਾ ਉਹਦੇ ਹੁਕਮ ਜਿਵੇਂ ਪ੍ਰਭੂ ਜੀਵੇ। ਸੋਹਣਾ ਪਰਿਵਾਰ ਹੈ ਸਾਡਾ ਆਧਾਰ, ਚੜ੍ਹਦੀ ਕਲਾ ਲਈ ਨਾਨਕ ਨਾਮ ਆਧਾਰ। ਹਰ ਭੈਣ ਭਰਾ ਲਈ ਵਧਣਾ ਹੈ ਓਟ, ਰਹਿ ਨਾ ਜਾਵੇ ਕਿਤੇ ਦਿਲਾਂ ਵਿੱਚ ਕੋਟ। ਹਰ ਭੈਣ ਭਰਾ ਲਈ ਵਧਣਾ ਹੈ ਓਟ, ਰਹਿ ਨਾ ਜਾਵੇ ਕਿਤੇ ਦਿਲਾਂ ਵਿੱਚ ਕੋਟ। ਕਿਰਤ ਦੀ ਪਿਰਤ ਅਤੇ ਨਿਰੰਤਰ ਸਹਿਜ ਪਾਠ, ਵੰਡ ਕੇ ਚਕਨ ਚ ਕਾਮ ਨਾਲ ਵਧਣਾ ਠਾਠ। ਅਸੀਸਾਂ ਪਿਓ ਦੀਆਂ ਸਦ ਰਹਿਣ ਮਾਂ ਦੀਆਂ ਛਾਵਾਂ, ਕਿੱਦਾਂ ਬਣਦੇ ਪਰਿਵਾਰ ਸੋਹਣੇ ਲੋਕ ਮੰਗਣ ਰਾਵਾਂ। ਇਹ ਯੁੱਗ ਔਰਤਾਂ ਦਾ ਜਦੋਂ ਲੋਕ ਸਾਡੇ ਤੋਂ ਸਲਾਹ ਪੁੱਛਣ। ਅਸੀਸਾਂ ਪਿਓ ਦੀਆਂ ਸਤ ਰਹਿਣੀਆਂ ਮਾਂ ਦੀਆਂ ਚਾਵਾਂ, ਕਿੱਦਾਂ ਬਣਨੇ ਪਰਿਵਾਰ ਸੋਹਣੇ ਲੋਕ ਮੰਗਣ ਰਾਵਾਂ। ਮੰਚ ਸੱਜਣ ਗਾਈਏ ਗੀਤ,
ਲੰਮੀ ਹੇਕ ਮੈਂ ਨਾਵਾਂ ਕਿੱਦਾਂ ਕਰਨੀਆਂ ਭੈਣਾਂ ਇਕੱਠੀਆਂ ਲੋਕੀ ਮੰਗਣ ਰਾਵਾਂ ਕਲਮ ਚੁੱਕੀਏ ਲਿਖੀਏ ਲੇਖ ਲਿਖੀਏ ਕਵਿਤਾਵਾਂ ਯੁੱਗ ਔਰਤਾਂ ਦਾ ਜੋ ਜਦ ਲੋਕੀ ਮੰਗਣ ਰਾਵਾਂ ਜਦ ਲੋਕੀ ਮੰਗਣ ਰਾਵਾਂ ਧੰਨਵਾਦ ਉਦੋਂ ਸਾਡੇ ਲਈ ਉਹ ਚੀਜ਼ ਘਾਤਕ ਹੋ ਜਾਂਦੀ ਆ ਅੱਜ ਵੀ ਅਸੀਂ ਜਿਹੜਾ ਸਾਡਾ ਸਮਾਜ ਸੰਚਾਰ ਦਾ ਇੱਕ ਸਾਧਨ ਹੈ ਜਿਹਨੂੰ ਅਸੀਂ ਸੋਸ਼ਲ ਮੀਡੀਆ ਆਖਦੇ ਹਾਂ ਉਹਦੇ ਉੱਤੇ ਤੁਸੀਂ ਇਹ ਦੇਖੋ ਕਿ ਸਾਡੇ ਪੰਜਾਬੀ ਸੂਟ ਦਾ ਜਿਹੜਾ ਰੂਪ ਆ ਉਹ ਕਿੰਨਾ ਜ਼ਿਆਦਾ ਵਿਗਾੜਤਾ ਇਹ ਹੱਥ ਵਿੱਚ ਹੁੰਦਾ ਸਾਡੇ ਆਪਣੇ ਬਹੁਤ ਸੋਹਣੀਆਂ ਗੱਲਾਂ ਹੈ ਸਾਰੇ ਅਸੀਂ ਲਿਖਾਰੀ ਹੀ ਕਰਦੇ ਹਾਂ ਅਤੇ ਜਿਹੜੇ ਸੋਸ਼ਲ ਮੀਡੀਆ 'ਤੇ ਤਮਾਸ਼ਾ ਵੇਖਣ ਵਾਲੇ ਹੁੰਦੇ ਨੇ ਉਹਨਾਂ ਨੇ ਤਾਂ ਚੰਗੇ ਨੂੰ ਮਾੜਾ ਵੀ ਆਖ ਦੇਣਾ ਅਤੇ ਇਸ ਤੋਂ ਅੱਗੇ ਗੁਜ਼ਾਰਿਸ਼ ਹੈ ਮੇਰੀ ਭੈਣ ਜੀ ਜਸਵਿੰਦਰ ਕੌਰ ਜੱਸੀ ਜੀ ਨੂੰ ਕਿ ਉਹ ਆਪਣੀ ਰਚਨਾ ਦੇ ਨਾਲ ਸਾਂਝ ਪਾਉਣ ਜੀ ਕਿਵੇਂ ਆ ਸੋ ਕਹਿੰਦੇ ਪਹਿਲਾਂ ਤਾਂ ਕੀ ਕਿਹਾ ਸੀ ਪਹਿਲਾਂ ਕੀ ਉਹਨਾਂ ਨੇ ਕਿਹਾ ਸੀ
ਬੁੱਢਾ ਕਰਦੇ ਬੁੱਢਾ ਨਹੀਂ ਹੁੰਦਾ। ਕਹਿੰਦਾ ਬੁੱਢਾ ਕਿਵੇਂ ਹੋਊਗਾ, ਜਵਾਨੀ ਤਾਂ ਕਹਿੰਦੇ ਪਟਾਕਾ ਮਾਰ ਜਾਂਦਾ। ਸਾਰੀਆਂ ਵਿਦਵਾਨ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।
ਜੋ ਬੀਬੀਆਂ ਦਾ ਅਸੀਂ ਬਹੁਤ ਹੀ ਸਿੱਜਦਾ ਕਰਦੇ ਹਾਂ ਉਹਨਾਂ ਗੁਰੂਆਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇ ਸਦਕਾ ਅੱਜ ਅਸੀਂ ਇਸ ਯੁੱਗ ਔਰਤਾਂ ਦਾ ਇਸ ਸੱਤ ਵਿੱਚ ਸੱਚ ਬੈਠੇ ਹਾਂ। ਖਾਤਰ ਕਲਾ ਦੇ ਵਿੱਚ ਅੱਜ ਭਗਤ ਸਿੰਘ ਹਾਲ ਵਿੱਚ ਅਸੀਂ ਬੈਠੇ ਹਾਂ ਅਤੇ ਮੈਂ ਕਈ ਵਾਰੀ ਖਾਤਰ ਕਲਾ ਵਿੱਚ ਆਈ ਹਾਂ। ਭਗਤ ਸਿੰਘ ਇੱਕ ਆ ਅਤੇ ਅੱਜ ਭਗਤ ਸਿੰਘ ਨੂੰ ਸਮਰਪਿਤ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਅਸੀਸ ਬਖਸ਼ਣਾ ਜੀ, ਭਗਤ ਸਿੰਘ ਨਾਂ ਦਾ ਹੀ ਭਗਤ ਨਹੀਂ ਸੀ, ਭਗਤ ਸਿੰਘ ਨਾਂ ਦਾ ਹੀ ਭਗਤ ਨਹੀਂ ਸੀ, ਉਹ ਦੇਸ਼ ਦਾ ਵੀ ਭਗਤ ਸੀ, ਉਹ ਰੂਹ ਦਾ ਵੀ ਭਗਤ ਸੀ, ਉਹ ਮਨ ਦਾ ਵੀ ਭਗਤ ਸੀ, ਉਹ ਤਨ ਦਾ ਵੀ ਭਗਤ ਸੀ। ਜੇ ਉਹ ਭਗਤ ਨਾ ਹੁੰਦਾ, ਜੇ ਉਹ ਭਗਤ ਨਾ ਹੁੰਦਾ ਤਾਂ ਅੱਜ ਉਹਦਾ ਨਾਂ ਨਾ ਹੁੰਦਾ। ਲੱਖਾਂ ਹੀ ਦਿਲਾਂ ਦੀ ਧੜਕਣ, ਲੱਖਾਂ ਹੀ ਦਿਲਾਂ ਦੀ ਧੜਕਣ ਜਵਾਨ ਦਿਲਾਂ 'ਚ ਉਹਦਾ ਥਾਂ ਨਾ ਹੁੰਦਾ। ਜੇ ਉਹ ਕਰ ਜਾਂਦਾ ਗਦਾਰੀ, ਜੇ ਉਹ ਕਰ ਜਾਂਦਾ ਗਦਾਰੀ ਖੁਦ ਹੀ ਖੁਦਾ ਨਾਲ, ਆਤਮ ਅਮੀਰ ਅਮਰ ਉਹ ਤਾਂ ਨਾ ਹੁੰਦਾ। ਜੇ ਉਹ ਭਗਤ ਨਾ ਹੁੰਦਾ ਤੇ ਅੱਜ ਉਹਦਾ ਨਾਂ ਨਾ ਹੁੰਦਾ। ਲੱਖਾਂ ਹੀ ਚਿਹਰੇ ਬੀਤ ਗਏ, ਲੱਖਾਂ ਹੀ ਚਿਹਰੇ ਬੀਤ ਗਏ, ਭਗਤ ਸਿਆਂ ਪਗੜੀ ਹੇਠਾਂ ਤੇਰਾ ਕਿਹੜਾ ਭਗਤ ਸਿਆਂ ਅੱਜ ਵੀ ਚੱਜਦਾ ਹੈ। ਲੱਖਾਂ ਹੀ ਚਿਹਰੇ ਬੀਤ ਗਏ, ਪਗੜੀ ਹੇਠਾਂ ਤੇਰਾ ਕਿਹੜਾ ਭਗਤ ਸਿਆਂ ਅੱਜ ਵੀ ਜੱਸਦਾ ਹੈ। ਉਹ ਤਾਂ ਅਲਖ ਮੁਕਾਉਣੀ ਚਾਹੁੰਦੇ ਸੀ ਤੇਰੀ, ਉਹ ਤਾਂ ਅਲਖ ਮੁਕਾਉਣੀ ਚਾਹੁੰਦੇ ਸੀ ਤੇਰੀ ਤੇ ਨਾਮੋ ਨਿਸ਼ਾਨ ਵੀ ਖਾਤਰ ਕਲਾ ਜੀ ਨੇ ਸਾਰੇ ਪੰਜਾਬ 'ਚ ਪਾਠ ਨੂੰ ਜਿੰਦਾ ਅੱਜ ਵੀ ਵਸਦਾ ਹੈ। ਲਿਖ ਗਿਆ ਇਤਿਹਾਸ ਜਿੰਦਾ ਦਿਲਾਂ ਦੇ ਪੰਨਿਆਂ 'ਤੇ, ਲਿਖ ਗਿਆ ਇਤਿਹਾਸ ਜਿੰਦਾ ਦਿਲਾਂ ਦੇ ਪੰਨਿਆਂ 'ਤੇ, ਹਰ ਸੁਨਹਿਰੀ ਪਲ ਜਿਸ ਨੂੰ ਪੜ੍ਹ ਪੜ੍ਹ ਕੇ ਅੱਜ ਵੀ ਹੱਸਦਾ ਹੈ। ਬਚਪਨ ਦੀਆਂ ਬੀਜੀਆਂ ਬੰਦੂਕਾਂ, ਬਚਪਨ ਦੀਆਂ ਬੀਜੀਆਂ ਬੰਦੂਕਾਂ ਤੋਪਾਂ ਮਜਾਇਲਾਂ ਬਣ ਉੱਠੀਆਂ, ਇਹ ਕਦ ਕਿੱਥੇ ਵਸਣੀਆਂ, ਸਮੇਂ ਨੂੰ ਸਮਾਂ ਹੀ ਦੱਸਦਾ ਹੈ। ਪਗੜੀ ਹੇਠਾਂ ਤੇਰਾ ਜਿਹੜਾ ਭਗਤ ਸਿਆਂ ਅੱਜ ਵੀ ਜੱਜਦਾ ਹੈ। ਧੰਨਵਾਦ ਜੀ। ਭਗਤ ਸਿੰਘ ਭਗਤ ਹੀ ਨਹੀਂ, ਉਹ ਸੀ ਸੂਰਮਾ ਸ਼ੇਰ ਜਿਹਾ। ਭਗਤ ਸਿੰਘ ਭਗਤ ਹੀ ਨਹੀਂ, ਉਹ ਸੀ ਸੂਰਮਾ ਸ਼ੇਰ ਜਿਹਾ। ਪਾਲਕੂ ਅੱਖ ਪੱਖਾਂ ਨੂੰ ਮਾਤ ਦਿੰਦਾ, ਆਪ ਤਾਂ ਅੱਗੇ ਢਾਲ ਹਿੰਦੀ ਦਲੇਰ ਜਿਹਾ। ਸੂਰਜ ਚੜ੍ਹਦੀ ਕਲਾ 'ਚ ਰਹਿੰਦਾ, ਸੋਚ ਉੱਚੀ ਸੁੱਚੀ ਰੱਖਦਾ। ਚੜ੍ਹਦੀ ਕਲਾ 'ਚ ਰਹਿੰਦਾ, ਸੋਚ ਉੱਚੀ ਸੁੱਚੀ ਰੱਖਦਾ। ਸੂਰਜੀ ਕਿਰਦਾ ਨਾਲ ਸੁਪਨੇ ਬੁਣਦਾ, ਕਿਰਦਾਰ ਰੱਖਦਾ ਸਜਰੀ ਸਵੇਰ ਜਿਹਾ।
ਚੰਦ ਤਾਰਿਆਂ ਵਾਂਗ ਰਿਹਾ ਚਮਕਦਾ, ਚੰਦ ਤਾਰਿਆਂ ਵਾਂਗ ਰਿਹਾ ਚਮਕਦਾ, ਜਦ ਦਹਿਸ਼ਤ ਦਾ ਪਿਆ ਸੀ ਹਨੇਰ ਜਿਹਾ। ਬੇਗਾਨੀ ਹਕੂਮਤ ਨਾਲ ਆਟਾ ਲਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਬੇਗਾਨੀ ਹਕੂਮਤ ਨਾਲ ਆਟਾ ਲਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਹਰ ਵੇਲੇ ਸੀਸ ਤਲੀ ਤੇ ਧਰਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਅਕੈ ਅਸਹਿ ਤਸੀਹਾਂ 'ਚ ਮੁਸਕਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਭੁੱਖ ਨਿਭਾਣੀ ਡੰਗ ਟਪਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਹੱਸ ਹੱਸ ਕੇ ਫਾਂਸੀ ਗਲ ਪਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਇਨਕਲਾਬ ਦਾ ਨਾਰਾ ਲਾਉਣਾ ਡਾਟਿਆਂ ਕੋਲੋਂ ਦੇਸ਼ ਬਚਾਉਣਾ ਅੰਗਰੇਜ਼ੀ ਸਾਮਰਾਜ ਜੜੋਂ ਮੁਕਾਉਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਸੱਚੀ ਦੇਸ਼ ਦਾ ਪ੍ਰੀਤ ਹੋਣਾ, ਸੱਚੀ ਦੇਸ਼ ਦਾ ਪ੍ਰੀਤ ਹੋਣਾ, ਪਲ ਪਲ ਤੇਰਾ ਸੁਰਜੀਤ ਹੋਣਾ ਭਗਤ ਸਿਆਂ ਕੰਮ ਸੌਖਾ ਨਹੀਂ ਸੀ, ਭਗਤ ਸਿਆਂ ਕੰਮ ਸੌਖਾ ਨਹੀਂ ਸੀ। ਇਹ ਮੇਰੀ ਕਵਿਤਾ ਸੀ। ਹੁਣ ਜਿਹੜੀ ਮੈਂ ਬੋਲੀਆਂ ਲਿਖੀਆਂ ਸੀ ਜੋ ਔਰਤਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਕੇ ਪ੍ਰਬੰਧ ਜਾਂਚ ਲਵਾਂਗੇ। ਇਹ ਸਰਬਜੀਤ ਕੌਰ ਭੈਣ ਜੀ ਨੇ ਸ਼ੁਰੂ ਕੀਤੀਆਂ ਸੀ ਅਤੇ ਉਸ ਨੂੰ ਅੱਗੇ ਅਸੀਂ ਤੋਰਿਆ ਸੀ। ਬੋਲੀਆਂ ਜੀ ਨਾ ਹੀ ਕਿਸੇ ਕੋਲੋਂ ਡਾਲਣਾ ਨਾ ਪਾਣੀ ਕਿਸੇ ਦਾ ਕੋਈ ਭਰਨਾ ਆਇਆ
ਸੁਰਜੀਤ ਜੀ ਨੇ ਬਹੁਤ ਬਾਖੂਬੀ ਕੀਤੀ ਆ ਅਤੇ ਇਸਦੇ ਨਾਲ ਨਾਲ ਔਰਤਾਂ ਦੇ ਜੁਗ ਦੀ ਗੱਲ ਸੌਣ ਦਾ ਮਹੀਨਾ ਵੀ ਬਣਾ ਕੇ ਗਏ ਨੇ। ਬਹੁਤ ਬਹੁਤ ਮੁਬਾਰਕਾਂ ਭੈਣ ਜੀ ਸੌਣ ਦੇ ਮਹੀਨੇ ਦੀਆਂ ਵੀ। ਅਤੇ ਹੁਣ ਅਸੀਂ ਗੁਜ਼ਾਰਿਸ਼ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮਹਿਮਾਨ ਸਰਦਾਰਨੀ ਅਮਰਜੀਤ ਕੌਰ ਮਰਿੰਡਾ ਜੀ ਆਪਣੇ ਛੰਦ ਦੇ ਨਾਲ ਸਮਝ ਪਾਉਣ ਅਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਯੁੱਗ ਔਰਤਾਂ ਦਾ ਜਿਹੜੀ ਕਿਤਾਬ ਰਾਜ ਸਿੱਧੂ ਅਤੇ ਭੈਣ ਜੀ ਚਰਨਜੀਤ ਕੌਰ ਜੀ ਦੀ ਰਹਿਨੁਮਾਈ ਅੱਜ ਛਪੀ ਆ ਲੋਕਰ ਪ੍ਰੋਗ ਹੋਣ ਜਾ ਰਹੀ ਆ ਉਹਨੂੰ ਲੋਕਰਤਾਂ ਦੀ ਅਸੰਬੀ ਕਰਾਂਗੇ ਜੀ। ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ। ਐਕਚੁਲੀ 4 ਵਜੇ ਸਾਡਾ ਨਾ ਰੇਡੀਓ ਪ੍ਰੋਗਰਾਮ ਹੈ ਅਤੇ ਮੈਂ ਵੈਸੇ ਮਹਿਫਿਲ ਦੇ ਵਿੱਚੋਂ ਜਲਦੀ ਜਾਣਾ ਮੈਨੂੰ ਪਸੰਦ ਤਾਂ ਨਹੀਂ ਪਰ ਮਜਬੂਰੀ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਅਸੀਂ ਤਾਂ ਆਪਣੇ ਸਹੀ 10 ਵਜੇ ਆ ਗਏ ਸੀ, ਪ੍ਰੋਗਰਾਮ ਹੀ ਲੇਟ ਸ਼ੁਰੂ ਹੋਇਆ ਅਤੇ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਇੱਕ ਬੇਨਤੀ ਕਰਦੀ ਹਾਂ ਕਿ ਜਿਹੜੇ ਬੱਚੇ ਆਏ ਆ ਬੜੀ ਖੁਸ਼ੀ ਦੀ ਗੱਲ ਹੈ, ਤੁਸੀਂ ਹੋਰ ਬੱਚਿਆਂ ਨੂੰ ਵੀ ਲੈ ਕੇ ਆਇਆ ਕਰੋ, ਘੱਟੋ ਘੱਟ ਜੇ ਛੋਟੇ ਵੀ ਤਾਂ ਪਲੱਸ 1-2, 10 ਵੀ ਦੇ ਬੱਚਿਆਂ ਨੂੰ ਲਿਆਓ ਤਾਂ ਕਿ ਨਾਲ ਦੀ ਨਾਲ ਨਵੀਂ ਪਨੀਰੀ ਤਿਆਰ ਹੋ ਜਾਵੇ। ਅਸੀਂ ਤਾਂ ਬੁੱਢੇ ਕੋਲ ਅਸੀਂ ਕਿੰਨੀ ਦੇਰ ਬੈਠੇ ਰਹਿਣਾ। ਅਤੇ ਜਿਹੜੀਆਂ ਇਹ ਮੇਰੀ 10ਵੀਂ ਕਿਤਾਬ ਹੈ ਜਿਹਨ 'ਚ ਪਲਦੇ ਜਜ਼ਬਾਤ, ਜਿਹਦੇ ਵਿੱਚ ਨਿਰੋਲ ਗੀਤ ਹੀ ਨੇ। ਇਸ ਤੋਂ ਪਹਿਲਾਂ ਇੱਕ ਮੇਰੀ ਗਜ਼ਲਾਂ ਦੀ ਕਿਤਾਬ ਆਈ ਸੀ ਸਤਸੰਗ ਦੀ ਖੁਸ਼ਬੂ, ਪਿਛਲੇ ਸਾਲ ਇੱਕ ਕਿਤਾਬ ਆਈ ਸੀ ਇਹਦੇ ਵਿੱਚ ਨਿਰੇ ਛੰਦ ਨੇ, ਛੰਦ ਦੇ ਆਧਾਰ 'ਤੇ ਉਹ ਛੰਦ ਨਹੀਂ ਜਿਹੜੇ ਤੁਸੀਂ ਸੁਣਦੇ ਹੁੰਦੇ ਛੰਦ ਪਰ ਅੱਗੇ ਆਈ ਜਾਂਦੇ ਉਹ ਪਾਏ ਨਹੀਂ, ਜਿਵੇਂ ਦੋਹਰਾ ਹੈ, ਸਵਈਆ ਹੈ ਜਾਂ ਕੋਰੜਾ ਹੈ, ਕਵਿਤ ਹੈ, ਉਹ ਵਾਲੇ ਛੰਦ। ਅਤੇ ਇੱਕ ਬੱਚਿਆਂ ਦੀ ਕਿਤਾਬ ਹੈ ਮਹਿਕ ਕਸਤੂਰੀਆ, ਬੱਚੇ ਜਿਹੜੇ ਬੈਠੇ ਮੈਂ ਦੇਖ ਕੇ ਜਾਊਂਗੀ ਉਹਨਾਂ ਨੂੰ ਅਤੇ ਪੇਸ਼ ਕਰਦੀ ਹਾਂ ਮੈਂ। ਜਿਹੜੀ ਮੈਂ ਇੱਕ ਬੇਨਤੀ ਹੈ ਜੀ ਕਿ ਜਿਹੜੇ ਇੱਕ ਕੁਲਫੀ ਵੇਚਣ ਵਾਲਾ ਵੀ ਬੋਲੀ ਜਾਂਦਾ ਹੈ ਕਿ ਕੁਲਫੀ ਠੰਡੀ ਠਾਰ ਲੈ ਜਾਓ 2 ਰੁਪਏ ਜਾਂ 4, ਉਹਨੇ ਉਹਦੇ ਵਿੱਚ ਸੁਰਤ ਹੈ ਪਰ ਉਹ ਕਵਿਤਾ ਨਹੀਂ। ਇਸ ਤਰ੍ਹਾਂ ਹੀ ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਨੂੰ ਕਵਿਤਾ ਹੈ ਉਹਦੇ ਵਿੱਚ ਉਹਦੀ ਆਤਮਾ, ਉਹਦੇ ਜਿਹੜਾ ਵਿਸ਼ਾ ਹੈ ਉਹ ਵੀ ਭਾਵਪੂਰਤ ਹੋਵੇ, ਉਹਦੇ ਨਾਲ ਲੱਗਦੇ ਹੀ ਲਿਬਾਸ ਉਹਦੀ ਜਿਹੜਾ ਰੂਪਕ ਪੱਖ ਹੈ ਉਹ ਵੀ ਵਧੀਆ ਹੋਵੇ। ਅਤੇ ਸਿੱਖੋ, ਕੋਈ ਨਾ ਕੋਈ ਉਸਤਾਦ ਜ਼ਰੂਰ ਧਾਰੋ, ਬਿਨਾਂ ਗੁਰੂ ਤੋਂ ਗੱਲ ਹੁੰਦੀ ਹੈ। ਅਤੇ ਮੈਂ ਤੁਹਾਨੂੰ ਕੁਝ ਵਿੱਚੋਂ ਮੈਂ ਸ਼ੇਅਰ ਸੁਣਾਉਂਦੀ ਹਾਂ। ਕਹਿੰਦੇ ਲੱਗੇ ਡਾਰੋਂ ਵਿਛੜੀ ਕਰਦੀ ਜੋ ਵਿਰਲਾਪ, ਲੱਗੇ ਡਾਰੋਂ ਵਿਛੜੀ ਕਰਦੀ ਜੋ ਵਿਰਲਾਪ, ਕਾਵਾਂ ਘੋ ਕਾਵਾਂ ਘੇਰੀ ਗੂੰਜ ਹੈ ਖੰਭ ਲੈ। ਅਗਲਾ ਸ਼ੇਰ ਹੈ ਕਿ ਹਨੇਰੇ ਦੀ ਕਦੇ ਵੀ ਆਸ ਪੂਰੀ ਹੋਣ ਨਾ ਦੇਣੀ, ਹਨੇਰੇ ਦੀ ਕਦੇ ਵੀ ਆਸ ਪੂਰੀ ਹੋਣ ਨਾ ਦੇਣੀ, ਅਸੀਂ ਮੱਥੇ 'ਚ ਦੀਵੇ ਚੇਤਨਾ ਦੇ ਬਾਲ ਆਏ। ਚਿੱਟਾ ਬਾਣਾ ਪਾ ਕੇ ਲੋਕੀ ਐਬਾਂ ਨੂੰ ਢੱਕ ਲੈਂਦੇ, ਚਿੱਟਾ ਬਾਣਾ ਪਾ ਕੇ ਲੋਕੀ ਐਬਾਂ ਨੂੰ ਢੱਕ ਲੈਂਦੇ,
ਹੱਕਾਂ ਉੱਤੇ ਮਾਰ ਮੰਡਾ ਕੇ ਬਗਲੇ ਮਨ ਦੇ ਕਰ ਚੀਰ ਹਰਨ ਦਰੋਪਦੀ ਦਾ ਹੋ ਰਿਹਾ ਹੈ ਅੱਜ ਵੀ ਚੀਰ ਹਰਨ ਦਰੋਪਦੀ ਦਾ ਹੋ ਰਿਹਾ ਹੈ ਅੱਜ ਵੀ ਸੰਖਿਆ ਦੁਰਯੋਧਨਾ ਦੀ ਬੇਸ਼ੁਮਾਰ ਹੋ ਗਈ। ਬਹੁਤ ਨੇ ਨਮੂਨੇ ਦੇ ਤੌਰ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ ਸੀ। ਇਸ ਤਰ੍ਹਾਂ ਹੀ ਮੈਨੂੰ ਖੁਦ ਵਿਸ਼ੇ ਵੀ ਪਸੰਦ ਨਹੀਂ ਸੀ ਪਰ ਮੇਰੇ ਮਨ 'ਚ ਆਇਆ ਕਿ ਇਹ ਬਹੁਤ ਹੀ ਅਮੀਰ ਵਿਰਸਾ ਹੈ ਸਾਡਾ, ਇਹ ਦਿਨੋਂ ਦਿਨ ਘਟਦਾ ਜਾ ਰਿਹਾ, ਜਿਹਦੇ 'ਚ ਨਾ ਕਿਸੇ ਸਾਜ਼ ਦੀ ਲੋੜ ਹੈ, ਸਿਰਫ ਇੱਕ ਦੀ ਜੋ ਉੱਤੇ ਤੁਸੀਂ ਗਾ ਸਕਦੇ ਹਾਂ। ਅਤੇ ਖਾਸ ਕਰਕੇ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਬੱਚਿਆਂ ਨੂੰ ਇਸ ਵਿਸ਼ੇ ਨਾਲ ਜੋੜਨਾ ਚਾਹੀਦਾ। ਮੈਂ ਦੋ ਬੰਦ ਤੁਹਾਡੇ ਕੋਲ ਦੁਬਾਰਾ ਛੰਦ ਵਿੱਚ ਪੇਸ਼ ਕਰਾਂਗੀ। ਪੰਜਾਂ ਤੱਤਾਂ ਦੀ ਇਹ ਸ੍ਰਿਸ਼ਟੀ ਸਾਜੀ ਸਿਰਜਣ ਹਾਰੇ, ਸੂਰਜ ਪਰਬਤ ਚੰਨ ਲੱਖਾਂ ਹੀ ਦਾਤਾਂ ਨੇ, ਸੂਰਜ ਪਰਬਤ ਚੰਨ ਸਿਤਾਰੇ ਧਰਤੀ ਮਾਤਾ ਸਾਡੀ। ਧਰਤੀ ਮਾਤਾ ਸਾਡੀ ਪਾਣੀ ਪਿਤਾ ਦਾ ਰੁਤਬਾ ਪਾਵੇ, ਕੁਦਰਤ ਦੀ ਸੁੰਦਰਤਾ ਹਰ ਪ੍ਰਾਣੀ ਦੇ ਮਨ ਨੂੰ ਪਾਵੇ। ਕਿਤੇ ਵਗਦਾ ਚਰਨੇ ਦਾ ਨਿਰਮਲ ਕਲ ਕਲ ਕਰਦਾ ਪਾਣੀ, ਵਰਖਾਂ ਦੀ ਚਾਦਰ ਲੈ ਜੁੱਤੀ ਕਿਧਰੇ ਕੁਦਰਤ ਰਾਣੀ, ਚੁੰਡ ਉੱਚੇ ਰੁੱਖਾਂ ਦਾ ਜਦੋਂ
ਪੁੱਛਾਂ ਮੈਂ ਪੰਜਾਬ ਦੀ ਹਾਂਤੀ ਕੋੜੀਆਂ ਸੁਹਾਗ ਵਾਲੋ ਮਾਇਆ ਤੇ ਟੱਪਿਆਂ ਨੇ ਵਿਰਸੇ ਨੂੰ ਰੱਖਿਆ ਸੰਭਾਲ ਹੈ ਦੇਸੀ ਖੇਡਾਂ ਖੇਡਦੇ ਤੇ ਗਾਉਂਦੇ ਛੋਟੇ ਬਾਲ ਜਦੋਂ ਕਾਇਨਾਤ ਹੋ ਜਾਂਦੀ ਨਿਹਾਲ ਹੈ ਸਿੱਖਣੀਆਂ ਛੰਦ ਸਿੱਖਣੀਆਂ ਸੱਦ ਛੱਲਾ ਦੇਣ ਸਿੱਖਣੀਆਂ ਛੰਦ ਛੱਲਾ ਦੇਣ ਤੇ ਰਾਣੀਆਂ ਛੰਦ ਦੋਹੇ ਗਲੀਆਂ ਵੀ ਨੀ ਸਖੀਓ ਛੰਦ ਦੋਹੇ ਗਲੀਆਂ ਵੀ ਤੜਾ ਤੜ ਛਪ ਰਿਹਾ ਸਾਹਿਤ ਪੰਜਾਬੀ ਵਿੱਚ ਵੇਖ ਤੇਰੇ ਨਾਲ ਕਿੰਨਾ ਪਿਆਰ ਹੈ ਨੀ ਮਾਏ ਵੇਖ ਤੇਰੇ ਨਾਲ ਕਿੰਨਾ ਪਿਆਰ ਹੈ ਦੇਸ਼ ਨਾਲੋਂ ਵੱਧ ਕੇ ਵਿਦੇਸ਼ਾਂ ਵਿੱਚ ਅੱਜ ਕੱਲ੍ਹ ਹੁੰਦੀ ਤੇਰੇ ਨਾਂ ਦੀ ਜੈਕਾਰ ਹੈ ਦਿਨ ਰਾਤ ਜਿਹੜੇ ਤੇਰੀ ਸੇਵਾ ਵਿੱਚ ਲੱਗੇ ਰਹਿੰਦੇ ਜਿਉਂਦੇ ਰਹਿਣ ਸਾਰੇ ਤੇਰੇ ਜੀ ਜਿਉਂਦੇ ਰਹਿਣ ਤੇਰੇ ਸਾਰੇ ਜੀ ਸਾਰੀਆਂ ਜ਼ੁਬਾਨਾਂ ਨਾਲੋਂ ਮਿੱਠੀ ਮੇਰੀ ਮਾਂ ਬੋਲੀ ਸ਼ਕਰ ਚ ਪਾਇਆ ਜਿਵੇਂ ਕੀ ਨੀ ਸਖੀਓ ਸ਼ਕਰ ਚ ਪਾਇਆ ਜਿਵੇਂ ਕੀ ਆਉਂਦਾ ਏ ਆਨੰਦ ਜਦੋਂ ਪੜਾਂ ਬੋਲਾਂ ਪੰਜਾਬੀ ਬੋਲੀ ਖਿੜ ਖਿੜ ਜਾਵੇ ਮੇਰਾ ਜੀ ਨੀ ਸਖੀਓ ਖਿੜ ਖਿੜ ਜਾਵੇ ਮੇਰਾ ਜੀ ਸਾਹਿਬ ਪਹੁੰਚੀ
ਧੰਨਵਾਦ ਜੀ। ਹਾਂਜੀ, ਆਜ਼ਾਦੀ ਦਾ ਦਿਨ ਵੀ ਆ ਗਿਆ ਲਾਗੇ, ਅਤੇ ਆਪਾਂ ਆਪਣੇ ਤਿਰੰਗੇ ਨੂੰ ਵੀ ਯਾਦ ਕਰਨਾ ਅਤੇ ਸ਼ਹੀਦਾਂ ਨੂੰ ਵੀ ਯਾਦ ਕਰਨਾ। ਹਾਂਜੀ, ਮੇਰੀ ਕਵਿਤਾ ਹੈ ਤਿਰੰਗਾ ਬੋਲ ਰਿਹਾ ਹਾਂ। ਅੱਜ ਭਾਰਤ ਮਾਂ ਦੀ ਸ਼ਾਨ ਖਾਤਰ ਮੈਂ ਹਾਂ ਤਿਰੰਗਾ ਬੋਲ ਰਿਹਾ। ਅੱਜ ਭਾਰਤ ਮਾਂ ਦੀ ਸ਼ਾਨ ਖਾਤਰ ਮੈਂ ਹਾਂ ਤਿਰੰਗਾ ਬੋਲ ਰਿਹਾ। ਇਤਿਹਾਸ ਖੋਲ੍ਹ ਕੇ ਆਪਣਾ ਮੈਂ ਖੰਜੂ ਲਹੂ ਦੇ ਡੋਲ ਰਿਹਾ। ਮੇਰੇ ਲਾਡਲੇ ਸਪੂਤਾਂ ਨੇ ਜਾਨਾਂ ਮੇਰੇ ਲਈ ਵਾਰੀਆਂ ਸੀ। ਮੇਰੇ ਲਾਡਲੇ ਸਪੂਤਾਂ ਨੇ ਜਾਨਾਂ ਮੇਰੇ ਲਈ ਵਾਰੀਆਂ ਸੀ। ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਰੱਸੇ ਚੁੰਮ ਕੇ ਕੀਮਤਾਂ ਤਾਰੀਆਂ ਸੀ। ਪੁੱਤ ਚਿੱਟੇ 'ਚ ਡੁੱਬ ਕੇ ਮਰਦੇ ਪਏ, ਪੁੱਤ ਚਿੱਟੇ 'ਚ ਡੁੱਬ ਕੇ ਮਰਦੇ ਪਏ। ਵੈਣ ਮਾਵਾਂ ਦੇ ਸੁਣ ਖੂਨ ਖੋਲ ਰਿਹਾ ਮੈਂ ਹਾਂ ਤਿਰੰਗਾ ਬੋਲ ਰਿਹਾ। ਸੋਹਣੇ ਦੇਸ਼ ਦੀ ਸੀ ਲਕੀਰ ਖਿੱਚੀ ਐਸੀ, ਸੋਹਣੇ ਦੇਸ਼ 'ਚ ਸੀ ਖਿੱਚੀ ਲਕੀਰ ਐਸੀ। ਪੰਜ ਦਰਿਆਵਾਂ ਨੂੰ ਵੰਡ ਕੇ ਰੱਖ ਦਿੱਤਾ, ਚੜ੍ਹਦੇ ਲਹਿੰਦੇ ਪੰਜਾਬ ਸੁਹਾਉਣ ਲੱਗ ਪਏ। ਸਾਤੋਂ ਸਾਡਾ ਨਨਕਾਣਾ ਵੀ ਵੱਖ ਕੀਤਾ, ਬਾਬੇ ਨਾਨਕ ਦੀ ਐਸੀ ਮਿਹਰ ਵਰਤੀ, ਬਾਬੇ ਨਾਨਕ ਦੀ ਐਸੀ ਮਿਹਰ ਵਰਤੀ। ਕੰਡਿਆਲੀ ਤਾਰ ਤਾਰ ਹੀ ਖੋਲ ਰਿਹਾ, ਖੁਸ਼ ਹੋ ਤਿਰੰਗਾ ਬੋਲ ਰਿਹਾ, ਖੁਸ਼ ਹੋ ਤਿਰੰਗਾ ਬੋਲ ਰਿਹਾ। ਦੇਖ ਕੇ ਦੇਸ਼ ਦਾ ਹਾਲ ਦਿਲ ਰੋਂਦਾ ਏ, ਦੇਖ ਕੇ ਦੇਸ਼ ਦਾ ਹਾਲ ਦਿਲ ਰੋਂਦਾ ਏ। ਸੋਹਣੇ ਦੇਸ਼ ਨੂੰ ਕਿਸ ਦੀ ਨਜ਼ਰ ਲੱਗੀ, ਇਹ ਵੇਚ ਵੇਚ ਧਰੋਹਰ ਗੁਜ਼ਾਨਿਆ ਹੱਥ, ਵੇਚ ਵੇਚ ਧਰੋਹਰ ਗੁਜ਼ਾਨਿਆ ਹੱਥ। ਕਿੱਥੇ ਵਾੜ ਹੀ ਖੇਤ ਨੂੰ ਖਾਣ ਲੱਗੀ, ਕੁਝ ਕੁਦਰਤੀ ਆਫਤਾਂ ਮਾਰ ਦਿੰਦੀਆਂ, ਕੁਝ ਕੁਦਰਤੀ ਆਫਤਾਂ ਮਾਰ ਦਿੰਦੀਆਂ। ਕੋਈ ਆਪਣਾ ਹੀ ਸਾਨੂੰ ਰੋਲ ਰਿਹਾ, ਤਾਂ ਹੀ ਤਿਰੰਗਾ ਮੈਂ ਬੋਲ ਰਿਹਾ, ਤਾਂ ਹੀ ਤਿਰੰਗਾ ਮੈਂ ਬੋਲ ਰਿਹਾ। ਸਭ ਪਾਸੇ ਹੀ ਚੌਂਕਾਂ 'ਚ ਧਰਨਿਆਂ ਵਿੱਚ, ਸਭ ਪਾਸੇ ਹੀ ਚੌਂਕਾਂ 'ਤੇ ਧਰਨਿਆਂ ਵਿੱਚ ਇੱਜ਼ਤ ਮੇਰੀ ਲੀਰੋ ਲੀਰ ਹੋ ਰਹੀ ਹੈ। ਯਾਦ ਕਰ ਕੁਰਬਾਨੀਆਂ ਦੇਸ਼ ਭਗਤਾਂ ਦੀਆਂ, ਮੇਰੀ ਆਪਣੀ ਜ਼ਮੀਰ ਵੀ ਰੋ ਰਹੀ ਹੈ। ਦਿਨ ਆਜ਼ਾਦੀ ਦੇ ਜੇ ਮਨਾਵਣੇ ਨੇ, ਦਿਨ ਆਜ਼ਾਦੀ ਦੇ ਜੇ ਮਨਾਵਣੇ ਨੇ, ਪਹਿਲਾਂ ਦੇਸ਼ ਦੀ ਆਵਾਜ਼ ਸੰਭਾਲੋ ਘੁੱਟ ਕੇ। ਮਾੜੀਆਂ ਨੀਤੀਆਂ ਦੇਸ਼ ਨੂੰ ਖਾ ਜਾਣਾ, ਰਾਜ ਮਿਲ ਕੇ ਹਮਲਾ ਮਾਰੋ ਉੱਠ ਕੇ, ਸਾਰੇ ਮਿਲ ਕੇ ਹਮਲਾ ਮਾਰੋ ਉੱਠ ਕੇ। ਧੰਨਵਾਦ। ਹਾਂਜੀ, ਮੈਂ ਇੱਕ ਗੀਤ ਛੋਟਾ ਜਿਹਾ ਦੋ ਲਾਈਨਾਂ ਨਾਲ ਬੋਲ ਦਿੰਦੀ ਹਾਂ, ਆਜ਼ਾਦੀ ਦੇ ਹੀ ਆ। ਸਾਰੀਆਂ ਦੇ ਤਾੜੀਆਂ ਵੀ ਮਾਰ ਸਕਦੇ ਮੇਰੇ ਨਾਲ। ਨੀ ਮੈਂ ਕੱਤਾਂ ਭਰੀ ਤਾਂ ਨਾਲ ਚਰਖਾ ਜਾਂਦੀ ਦਾ ਚਰਖਾ ਜਾਂਦੀ ਦਾ ਨੀ ਮੈਂ ਕੱਤਾਂ ਭਰੀ ਤਾਂ ਨਾਲ ਚਰਖਾ ਜਾਂਦੀ ਦਾ ਚਰਖਾ
पानी दिया चलाने पानी
ਯਾਦ ਰੱਖੀ ਉਹਨੂੰ ਜੋ ਚੰਗਾ ਲੱਗੂ ਉਹੀ ਤੇਰੀ ਝੋਲੀ
ਪਾਊਗਾ, ਖੈਰ ਉਹ ਪਾਊਗਾ। ਪਹਿਲਾਂ ਕੰਡਿਆਂ ਨਾਲ ਮਿਲਾਊਗਾ, ਪਹਿਲਾਂ ਕੰਡਿਆਂ ਨਾਲ ਮਿਲਾਊਗਾ। ਸਬਰ ਪਰਖਣਾ ਦਾਤੇ ਨੇ, ਸਬਰ ਪਰਖਣਾ ਦਾਤੇ ਨੇ, ਪਰਖਦਾ ਜਾਊਗਾ, ਪਰਖਦਾ ਜਾਊਗਾ। ਧੰਨਵਾਦ। ਪਾਈਏ ਸੇਰੇ ਉੱਤੇ ਪੀਲੀ ਚੁੰਨੀ।
ਮਾਂ ਬਿਨਾਂ ਨਾ ਕੋਈ ਦੋਸਤ ਦਿਖਾਵੇ, ਮਾਂ ਹੀ ਠੰਡੀ ਸ਼ਾਮ ਹੁੰਦੀ ਹੈ, ਮਾਂ ਦਾ ਫਿਰ ਮਾਂ ਹੁੰਦੀ ਹੈ, ਮਾਂ ਕਦੇ ਵੀ ਦੂਰ ਨਾ ਹੋਵੇ, ਮਾਂ ਜੰਨਤ ਵਰਗੀ ਥਾਂ ਹੁੰਦੀ ਹੈ, ਮਾਂ ਦਾ ਦਿਲ ਨਾ ਕਦੇ ਦੁਖਾਵੇ, ਇਹ ਰੱਬ ਦੀ ਦਿੱਤੀ ਹੋਈ ਦੁਆ ਹੁੰਦੀ ਹੈ, ਮਾਂ ਦਾ ਫਿਰ ਮਾਂ ਹੁੰਦੀ ਹੈ। ਧੰਨਵਾਦ। ਮੇਰੀ ਮਾਂ ਵਰਗੀ ਤੇ ਹਰ ਮਾਂ ਬਣ ਜੇ ਤਾਂ ਘਰ ਘਰ ਜਮਣ ਲਿਖਾਰੀ, ਸਾਰਾ ਦਿਨ ਇੱਥੇ ਰਹਿੰਦੀ ਤਾਂ ਕਿਉਂ ਨਹੀਂ ਨਜ਼ਮ ਚਾਹੀ। ਬਹੁਤ ਖੂਬ ਮਹਿਕਪ੍ਰੀਤ। ਹੁਣ ਅਸੀਂ ਜੇ ਕਹਿ ਦਈਏ ਸਾਡੇ ਸਾਰੇ ਇਸ ਸਮਾਜ ਦਾ ਧੁਰਾ ਰਾਵੀ, ਉਹ ਮੰਚਦੇ ਆਉਣਗੇ ਆਪਣੀ ਰਚਨਾ ਨਾਲ ਸਾਂਝ ਪਾਉਣੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਟ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਹੀ ਕਰ ਚੁੱਕੀ ਹਾਂ, ਹੁਣ ਦੁਬਾਰਾ ਹੁਣ ਮੈਂ ਤੁਹਾਡੇ ਕੋਲ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਹੜੀ ਮੈਂ ਆਪਣੇ ਜਲੰਧਰ ਪ੍ਰਦਰਸ਼ਨ ਦੇ ਵਿੱਚ ਹੀ ਬੋਲੀ ਸੀ। ਜ਼ਿੰਦਗੀ ਜਿਉਣ ਦੀ ਤਲਾਸ਼ ਵਿੱਚ ਭਟਕ ਰਹੀ ਹਾਂ ਮੈਂ, ਹਰ ਰੋਜ਼ ਨਵੇਂ ਨਵੇਂ ਲੋਕਾਂ ਦੀ ਅੱਖ ਵਿੱਚ ਤੜਕ ਰਹੀ ਹਾਂ ਮੈਂ। ਕਹਿਣ ਨੂੰ ਦਾ ਹੱਕ ਮਿਲੇ, ਕਹਿਣ ਨੂੰ ਦਾ ਹੱਕ ਮਿਲੇ ਮਰਦਾਂ ਦੇ ਬਰਾਬਰ ਮੈਨੂੰ, ਪਰ ਅੱਜ ਵੀ ਮੈਂ ਆਪਣੇ ਅਧਿਕਾਰਾਂ ਲਈ ਤਰਸ ਰਹੀ ਹਾਂ। ਭਾਵੇਂ ਤਰੱਕੀ ਕੀਤੀ, ਧੰਨਵਾਦ ਜੀ, ਭਾਵੇਂ ਤਰੱਕੀ ਕੀਤੀ, ਮੈਂ ਹਰ ਇੱਕ ਖੇਤਰ ਵਿੱਚ ਮਰਦ ਦੇ ਨਾਲ ਕਦਮ ਨਾਲ ਕਦਮ ਵੱਧ ਰਹੀ ਹਾਂ ਮੈਂ, ਪਰ ਫਿਰ ਵੀ ਮੇਰੀ ਪਹਿਚਾਣ ਮੇਰੀ ਹੀ ਹੋਈ, ਪਤੀ ਪਿਤਾ ਦੇ ਨਾਂ ਤੋਂ ਗਰਜ ਰਹੀ ਹਾਂ ਮੈਂ। ਕਿਵੇਂ ਕਹਿ ਦੇਵਾਂ, ਕਿਵੇਂ ਕਹਿ ਦੇਵਾਂ, ਮਰਦਾਂ ਦੇ ਬਰਾਬਰ ਹੱਕਦਾਰ ਹਾਂ ਮੈਂ, ਜਦੋਂ ਵੀ ਜਾਗੋ ਤਾਂ ਕੋਈ ਤੜਪ ਰਹੀ ਹਾਂ ਮੈਂ। ਮਰਾਵੀ ਔਰਤ ਬਣ ਕੇ ਹਰ ਥਾਂ ਭਟਕ ਰਹੀ ਹਾਂ ਮੈਂ, ਕਦੇ ਦੁੱਖਾਂ ਵਿੱਚ ਕਦੇ ਜਾਣਾ ਹੱਥਾਂ ਵਿੱਚ, ਰੋਜ਼ ਨਵੀਂ ਨਵੀਂ ਮੌਤ ਵਿੱਚ ਸਾਕ ਰਹੀ ਹਾਂ ਮੈਂ। ਮੈਂ ਜੰਮੀ ਕਿਸੇ ਨੇ, ਮੈਂ ਜੰਮੀ ਕਿਸ ਘਰ, ਮੈਂ ਜਾਣਾ ਕਿਸ ਘਰ, ਰਿਸ਼ਤਿਆਂ ਦੀ ਵੰਡ ਵਿੱਚ ਕਾਹਤੋਂ ਵੰਡ ਰਹੀ ਹਾਂ ਮੈਂ। ਕੀ ਕਸੂਰ ਸੀ ਮੇਰਾ, ਕੀ ਕਸੂਰ ਸੀ ਮੇਰਾ, ਮੈਂ ਸਿਰਫ ਪਿਆਰ ਕੀਤਾ ਸੀ, ਹੁਣ ਨਫ਼ਰਤ ਦੇ ਤੀਰਾਂ ਨਾਲ ਹੰਡ ਰਹੀ ਹਾਂ ਮੈਂ। ਹੁਣ ਧੱਕਾ ਕਿਸੇ ਦਾ ਨਾ ਹੋਣ ਕੇ ਚੱਲੇ ਚੱਲੇ।
ਲਓ ਜੀ ਇਹਦੇ ਸਾਹਮਣੇ ਦੇਖੋ।